ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਅਯੂਬ ਜੀ ਦੀ ਸਪੀਚ ਤੋਂ ਬਾਅਦ ਮੈਨੂੰ ਬੈਠੇ ਨੂੰ ਇਹ ਲੱਗਿਆ ਕਿ ਇਸ ਤੋਂ ਬਾਅਦ ਹੁਣ ਮੇਰਾ ਖਿਆਲ ਪ੍ਰੋਗਰਾਮ ਖਤਮ ਕਰ ਦੇਣਾ ਚਾਹੀਦਾ। ਕੋਈ ਗੱਲ ਉਹਨਾਂ ਨੇ ਛੱਡੀ ਨਹੀਂ, ਭਾਵਨਾ ਹੁੰਦੀ ਹੈ ਪੱਧਰ 'ਤੇ ਵੀ ਅਤੇ ਸਿਧਾਂਤਕ ਪੱਧਰ 'ਤੇ ਵੀ, ਕਿ ਜੋ ਕੁਛ ਵਾਪਰ ਰਿਹਾ, ਜੋ ਕੁਛ ਵਾਪਰ ਰਿਹਾ ਅਤੇ ਜੋ ਕੁਛ ਵਾਪਰਨ ਵਾਲਾ ਹੈ, ਮੇਰਾ ਖਿਆਲ ਹੈ ਉਹ ਸਾਰੇ ਕੁਛ ਦੀ ਤਸਵੀਰ ਸਪਸ਼ਟ ਹੋ ਗਈ। ਅਖੀਰ 'ਤੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਸਾਡੀਆਂ ਜ਼ਮੀਰਾਂ ਮਰ ਚੁੱਕੀਆਂ, ਇਸ ਤੋਂ ਬਾਅਦ ਕੀ ਬੋਲੀਏ ਹੁਣ ਆਪਾਂ। ਸੋ ਮੈਂ ਜੋ ਪਹਿਲਾਂ ਸੋਚਿਆ ਸੀ ਕਿ ਨਵੰਬਰ 1984 ਚੋਂ ਸਬਕ ਕੀ ਸਿੱਖੇ ਅਸੀਂ, ਤਾਂ ਹੁਣ ਥੋੜ੍ਹੀ ਜੀ ਇਸ ਬਦਲੇ ਹੋਏ ਮਾਹੌਲ 'ਚ ਮੈਂ ਉਸੇ ਗੱਲ ਨੂੰ ਅੱਗੇ ਤੋਰਨ ਦਾ ਯਤਨ ਕਰੂੰਗਾ। ਕਿਉਂਕਿ ਪਰਮਜੀਤ ਸਿੰਘ ਗਾਜੀ ਨੇ ਵੀ ਆਪਦੀ ਸਪੀਚ ਇੱਥੇ ਖਤਮ ਕੀਤੀ ਸੀ ਕਿ ਕਿਸੇ ਦੁਖਾਂਤ ਵਾਪਰਨ ਤੋਂ ਬਾਅਦ ਅਸੀਂ ਉਹ 'ਚੋਂ ਸਿੱਖਦੇ ਕੀ, ਇਹ ਬਹੁਤ ਮਹੱਤਵਪੂਰਨ ਹੁੰਦਾ। ਜੇ ਸਿੱਖਦੇ ਕੁਛ ਨਹੀਂ ਫਿਰ ਉਹ ਵਾਰ ਵਾਰ ਵਾਪਰੂ ਅਤੇ ਅਸੀਂ ਉਹਦੇ ਵਿੱਚ ਸਹਾਈ ਹੋਵਾਂਗੇ। ਸੋ ਰਾਣਾ ਅਯੂਬ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਉਹ ਜ਼ਮੀਰਾਂ ਨੂੰ ਕਿਵੇਂ ਜਗਾਈਏ, ਮੇਰਾ ਖਿਆਲ ਹੈ ਕਿਸੇ ਸਿੱਖ ਵਾਸਤੇ ਇਹ ਸਵਾਲ ਦਾ ਜਵਾਬ ਬਹੁਤਾ ਔਖਾ ਨਹੀਂ ਹੋਣਾ ਚਾਹੀਦਾ। ਜੇ ਸਿੱਖ ਧਰਮ ਦੀ ਅਤੇ ਸਿੱਖੀ ਦੀ, ਸਿੱਖ ਇਤਿਹਾਸ ਦੀ, ਸਿੱਖ ਵਿਰਸੇ ਦੀ ਉਹਨੂੰ ਸਮਝ ਹੈ, ਤੁਸੀਂ ਗੁਰੂ ਨਾਨਕ ਦੇਵ ਜੀ ਬਾਰੇ ਕਿਸੇ ਦੀ ਵੀ ਕਿਤਾਬ ਪੜ੍ਹ ਲਓ, ਗੈਰ ਸਿੱਖਾਂ ਦੀ ਵੀ ਪੜ੍ਹ ਲਓ, ਹਿੰਦੂਆਂ ਦੀ ਵੀ ਪੜ੍ਹ ਲਓ, ਇੱਕ ਗੱਲ ਸਾਰੇ ਕਹਿੰਦੇ ਨੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਤਾਂ ਭਾਰਤ ਦੇ ਲੋਕਾਂ ਦੀ ਆਤਮਾ ਮਰ ਚੁੱਕੀ ਸੀ, ਹਮਲਾਵਰ ਆਉਂਦੇ ਸੀ ਭੇਡਾਂ ਬੱਕਰੀਆਂ ਵਾਂਗੂ, ਜਾਂ ਕਤਲ ਕਰ ਦਿੰਦੇ ਸੀ, ਜਾਂ ਲੈ ਜਾਂਦੇ ਸੀ, ਜਾਂ ਲੁੱਟ ਜਾਂਦੇ ਸੀ, ਕਿਤੋਂ ਵਿਰੋਧ ਨਹੀਂ ਸੀ ਹੁੰਦਾ। ਕਿਉਂਕਿ ਵਿਰੋਧ ਬੰਦਾ ਉਦੋਂ ਕਰੂ, ਇਹ ਨਹੀਂ ਕਿ ਹਰ ਜਦੋਂ ਵੀ ਜ਼ੁਲਮ ਹੋ ਬੰਦਾ ਵਿਰੋਧ ਕਰੂ, ਉਹਦੇ ਵਾਸਤੇ ਇੱਕ ਅਸੈਂਸ਼ੀਅਲ ਕੰਡੀਸ਼ਨ ਹੈ ਕਿ ਤੁਹਾਡੇ ਅੰਦਰੋਂ ਜ਼ਮੀਰ ਅਤੇ ਆਤਮਾ ਹੈ ਕਿ ਨਹੀਂ। ਜਦੋਂ ਆਤਮਾ ਮਰ ਜਾਏ ਫਿਰ ਲੱਖ ਸੁੱਟ 'ਤੇ ਜ਼ੁਲਮ ਹੋਈ ਜਾਣ, ਉਹਦੀ ਡਿਮੈਂਸ਼ਨ ਕੁਛ ਵੀ ਹੋਵੇ, ਤੁਸੀਂ ਉਹਦਾ ਵਿਰੋਧ ਨਹੀਂ ਕਰੋ। ਸੋ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਯੁੱਗ ਪਲਟਿਆ ਗੱਲ ਕੀਤੀ ਉਹ ਇਹ ਹੈ ਕਿ ਮਰੀ ਹੋਈ ਆਤਮਾ ਜਗਾਈ, ਮਰੀ ਹੋਈ ਜ਼ਮੀਰ ਜਗਾਈ, ਉਹ ਕਿਵੇਂ ਜਗਾਈ, ਬਸ ਆਹ ਸਾਡੇ ਸਾਹਮਣੇ ਸਵਾਲਾਂ ਦਾ ਸਵਾਲ ਇਹੀ ਹੈ। ਅੱਜ ਸਾਡੇ ਸਾਹਮਣੇ ਉਹੀ ਹਾਲਤ ਹੈ ਅਤੇ ਸਾਨੂੰ ਉੱਥੋਂ ਹੀ ਤੁਰਨਾ ਪੈਣਾ ਹੈ, ਉੱਥੋਂ ਹੀ ਸਿੱਖਣਾ ਪੈਣਾ ਹੈ। ਅਤੇ ਜੇ ਸਾਨੂੰ ਅਜੇ ਵੀ ਇਹਦਾ ਪਤਾ ਨਹੀਂ ਲੱਗ ਰਿਹਾ ਤਾਂ ਜਿਹਦਾ ਮਤਲਬ ਅਸੀਂ ਸਿੱਖਾਂ ਗੁਰਪੁਰਬ ਵੀ ਮਨਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਅੱਗੇ ਮੱਥੇ ਵੀ ਟੇਕਦੇ ਹਾਂ, ਤਲਵਾਰਾਂ ਵੀ ਕੱਢ ਲੈਂਦੇ ਹਾਂ, ਨਾਅਰੇ ਵੀ ਲਾ ਦਿੰਦੇ ਹਾਂ, ਸ਼ਹੀਦ ਵੀ ਹੋ ਜਾਂਦੇ ਹਾਂ, ਪਰ ਜੋ ਸਿੱਖੀ ਬਾਰੇ ਸਾਡੀ ਸਮਝ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਹੋ ਗਈ। ਅਸੀਂ ਸਿੱਖੀ ਨੂੰ ਕਿਵੇਂ ਸਮਝ ਰਹੇ ਹਾਂ ਅੱਜ, ਕਿ ਜਿਹੜਾ ਬੰਦਾ ਉੱਚੀ ਨਾਰਾ ਲਾ ਸਕਦਾ, ਕਿਸੇ ਨੂੰ ਗਾਲ ਕੱਢ ਸਕਦਾ, ਲਲਕਾਰ ਸਕਦਾ, ਮਰ ਸਕਦਾ, ਟਾਕਰਾ ਕਰ ਸਕਦਾ, ਉਹੀ ਸਿੱਖ ਹੈ। ਕਿ ਇਹ ਈਵਨ ਗੁਰੂਆਂ ਬਾਰੇ ਵੀ ਹਰ ਸਿੱਖ ਨੂੰ ਇਹ ਪਤਾ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਇੱਕੋ ਹੀ ਜੋਤ ਸੀ, ਅਸੀਂ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਵੰਡ ਕੇ ਦੇਖਣ ਲੱਗ ਜਾਂਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਅਖੀਰ ਨੂੰ ਖਾਲਸੇ ਦੇ ਵਿੱਚ ਉਹ ਜੋਸ਼ ਭਰਿਆ ਜਾਂ ਖਾਲਸਾ ਸਾਜਿਆ ਜਦੋਂ ਉਹ ਜ਼ੁਲਮ ਦੇ ਨਾਲ ਟੱਕਰ ਲੈਣ ਦੇ ਸਮਰੱਥ ਹੋਇਆ। ਇਹ ਜਦੋਂ ਅਸੀਂ ਗੱਲ ਕਹਿੰਦੇ ਹਾਂ ਤਾਂ ਅਸੀਂ ਜਿਹੜੇ ਪਹਿਲੇ 9 ਗੁਰੂਆਂ ਦੇ ਕੀਤੇ ਕਾਰਜ ਹੈ ਉਹਨਾਂ ਨੂੰ ਇੱਕ ਹਿਸਾਬ ਨਾਲ ਅਸੀਂ ਨਿਗੇਟ ਕਰ ਦਿੰਦੇ ਹਾਂ। ਸੋ ਮਤਲਬ ਮੇਰਾ ਕਹਿਣ ਤੋਂ ਭਾਵ ਸੰਖੇਪ ਦੇ ਵਿੱਚ ਇਹ ਹੈ ਕਿ ਅਸੀਂ ਸਿੱਖੀ ਬਾਰੇ ਜੋ ਸਮਝ ਬਣਾ ਲਈ ਉਹ ਠੀਕ ਨਹੀਂ, ਪੂਰੀ ਠੀਕ ਨਹੀਂ। ਅਸੀਂ ਉਹਦੇ ਕੁਛ ਅੰਸ਼ ਗ੍ਰਹਿਣ ਕਰ ਲਏ ਜਿਹੜੇ ਸਾਡੇ ਆਪਦੇ ਟੈਂਪਰਾਮੈਂਟ ਮੁਤਾਬਕ ਸਾਨੂੰ ਠੀਕ ਬਹਿੰਦੇ ਨੇ, ਅਸੀਂ ਫਿਰ ਉਸ ਨੂੰ ਜਸਟੀਫਾਈ ਕਰਦੇ ਹਾਂ ਉਸ ਗੱਲ ਨਾਲ। ਜਦੋਂ ਅਸੀਂ ਭਾਈ ਘਨੱਈਆ ਅਤੇ ਬਾਬਾ ਦੀਪ ਸਿੰਘ ਨੂੰ ਦੋ ਅਲੱਗ ਅਲੱਗ ਚੀਜ਼ਾਂ ਦੇਖਣ ਲੱਗ ਜਾਂਗੇ, ਸਾਨੂੰ ਭਾਈ ਘਨੱਈਆ ਉਹਨਾਂ ਨੂੰ ਇੰਸਪਾਇਰ ਨਹੀਂ ਕਰੂ, ਬਾਬਾ ਦੀਪ ਸਿੰਘ ਕਰੂ, ਜਦੋਂ ਕਿ ਉਹਨਾਂ 'ਚ ਕੋਈ ਫਰਕ ਨਹੀਂ।
ਸੋ ਇਹ ਜਿਹੜੀ ਗੱਲ ਹੈ ਕਿ ਸਾਡੇ ਅੰਦਰ ਉਹ ਜਿਹੜੀ ਮਰੀ ਹੋਈ ਗੱਲ ਹੈ ਉਹ ਕਿਵੇਂ ਜਾਗੇ, ਖਾਸ ਕਰਕੇ ਅੱਜ ਰਾਣਾ ਅਯੂਬ ਜੀ ਦਾ ਇੱਥੇ ਬੋਲਣਾ ਕਿ ਪੰਜਾਬ ਦੇ ਵਿੱਚ ਇੰਨਾ ਕੁਛ ਚੱਲਣ ਦੇ ਬਾਵਜੂਦ ਅੱਜ ਜੇ ਉਸ ਮੋਦੀ ਨੂੰ ਉਸ ਅਮਿਤ ਸ਼ਾਹ ਨੂੰ ਇੱਥੇ ਮਾਣ ਤਾਣ ਮਿਲ ਰਿਹਾ, ਗੁਰਪੁਰਬਾਂ 'ਤੇ ਬੁਲਾਇਆ ਜਾ ਰਿਹਾ, ਗੁਰੂਆਂ ਬਾਰੇ ਬੁਲਵਾਇਆ ਜਾ ਰਿਹਾ ਉਹਨਾਂ ਤੋਂ, ਅਤੇ ਉਹਨਾਂ 'ਤੇ ਤਾੜੀਆਂ ਮਾਰੀਆਂ ਜਾ ਰਹੀਆਂ ਨੂੰ ਸਰੋਤੇ ਦਿੱਤੇ ਜਾ ਰਹੇ ਨੇ, ਤਾਂ ਹਰ ਸਿੱਖ ਵਾਸਤੇ ਮੇਨ ਹੈ ਦੈਟ ਵੇ ਕਿ ਅਸੀਂ ਕੀ ਹਾਂ। ਬਾਕੀ ਛੱਡੋ ਦੇਸ਼ ਦੇ ਹੋਰ ਲੋਕਾਂ ਦਾ ਕੀ ਹੋ ਗਿਆ, ਸਾਨੂੰ ਕੀ ਹੋ ਗਿਆ ਕਿ ਉਹ ਕਾਤਲ ਮਾਨਵਤਾ ਦੇ ਉਹ ਇੱਥੇ ਆ ਕੇ ਉਹਨਾਂ ਨੂੰ ਮਾਣ, ਜਿੱਥੇ ਉਹਨਾਂ ਨੂੰ ਸਭ ਤੋਂ ਵੱਧ ਫਟਕਾਰ ਪੈਣੀ ਚਾਹੀਦੀ ਸੀ ਉੱਥੇ ਸਭ ਤੋਂ ਵੱਧ ਉਹਨਾਂ ਨੂੰ ਮਾਣ ਸਤਿਕਾਰ ਪੈ ਜਾਈਏ, ਅਤੇ ਅਜੇ ਅਸੀਂ ਦਮਗਜੇ ਮਾਰੀ ਜਾਈਏ ਕਿ ਸਾਡਾ ਇਤਿਹਾਸ ਸਾਡਾ ਵਿਰਸਾ ਅਤੇ ਉਹਦੇ ਵਿੱਚੋਂ ਸਾਡਾ ਅੱਜ ਦਾ ਅਮਲੇ ਨਿਕਲੇ, ਤਾਂ ਬਹੁਤ ਹੀ ਸ਼ਰਮ ਵਾਲੀ ਗੱਲ। ਸੋ ਮੇਰਾ ਖਿਆਲ ਹੈ ਕਿ ਰਾਣਾ ਅਯੂਬ ਦੀ ਅੱਜ ਜੋ ਸਪੀਚ ਸੀ, ਜੋ ਉਹਨਾਂ ਨੇ ਗੱਲਾਂ ਕਹੀਆਂ, ਉਹਦੇ 'ਚ ਸਾਨੂੰ ਆਪਦੇ ਅੰਦਰ ਦੇਖਣਾ, ਆਤਮ ਚਿੰਤਨ ਕਰਨ ਦੀ ਲੋੜ ਹੈ। ਕਿਉਂਕਿ ਜਦੋਂ ਸਾਡੇ 'ਤੇ ਕੋਈ ਦੁੱਖ ਆਉਂਦਾ, ਕੋਈ ਵੀ ਇਸ ਤਰ੍ਹਾਂ ਦਾ ਕੋਈ ਘੱਲੂਘਾਰਾ ਵਾਪਰਦਾ, ਆਫਤ ਆਉਂਦੀ ਹੈ, ਉਹਦੇ ਦੋ ਪਹਿਲੂ ਹੁੰਦੇ ਨੇ। ਇੱਕ ਤਾਂ ਇਹ ਹੈ ਕਿ ਉਸ ਦੇ ਖਿਲਾਫ ਸਾਡੇ ਮਨ ਦੇ ਅੰਦਰ ਰੋਹ ਵੀ ਪੈਦਾ ਹੁੰਦਾ, ਗੁੱਸਾ ਵੀ ਪੈਦਾ ਹੁੰਦਾ, ਕੁਛ ਕਰ ਸਕੀਏ ਨਾ ਕਰ ਸਕੀਏ। ਪਰ ਅਸੀਂ ਜਾਤੀ ਜ਼ਿੰਦਗੀ 'ਚ ਵੀ ਦੇਖਦੇ ਹਾਂ, ਜਦੋਂ ਬੰਦੇ 'ਤੇ ਕੋਈ ਬਹੁਤ ਵੱਡਾ ਦੁੱਖ ਆਉਂਦਾ ਤਾਂ ਉਹਨੂੰ ਕੁਛ ਹੱਦ ਤੱਕ ਆਪਦੇ ਅੰਦਰ ਝਾਕਣ ਦਾ ਵੀ ਮੌਕਾ ਮਿਲਦਾ, ਉਹਦੀ ਆਪਦੀ ਸੋਲ ਪਿਓਰੀਫਾਈ ਕਰਨ ਦਾ ਵੀ ਇੱਕ ਮੌਕਾ ਜੁੜਦਾ ਹੈ ਕਿ ਉਸ ਮੌਕੇ ਉਹ ਆਪਦੇ ਵੱਲ ਵੀ ਦੇਖਦਾ ਮੈਂ ਕੀ ਹਾਂ। ਸੋ ਨਵੰਬਰ 84, ਜੂਨ 84, ਉਸ ਤੋਂ ਬਾਅਦ ਜੋ ਇੰਨਾ ਇੱਥੇ ਸਾਡੇ ਕਤਲੇਆਮ ਹੋਇਆ, ਉਹ ਸਾਰੇ ਕੁਛ ਨੇ ਸਾਨੂੰ ਇੱਕ ਮੌਕਾ ਵੀ ਦਿੱਤਾ ਕਿ ਅਸੀਂ ਦੇਖੀਏ ਕਿ ਅਸੀਂ ਸਾਬਤ ਸਿੱਖ ਹਾਂ। ਜੇ ਅਸੀਂ ਸਾਬਤ ਸਿੱਖ ਹੋਈਏ ਤਾਂ ਅੱਜ ਸਾਡੀ ਹਾਲਤ ਨਹੀਂ ਹੋਣੀ ਚਾਹੀਦੀ ਸੀ, ਜਿਵੇਂ ਇਹਨਾਂ ਨੇ ਹੁਣੇ ਬੋਲ ਕੇ ਗਏ ਨੇ ਕਿ ਨਵੰਬਰ 84, ਜੂਨ 84 ਇਲੈਕਸ਼ਨਾਂ ਵੇਲੇ ਉਹ ਇੱਕ ਪੋਲੀਟਿਕਸ ਦਾ ਮੁੱਦਾ ਬਣ ਜਾਂਦਾ, ਕੋਈ ਬੰਦਾ ਉਹਨੂੰ ਵਰਤ ਕੇ ਤਾਕਤ 'ਚ ਆ ਜਾਂਦਾ, ਮੁੜ ਕੇ ਫਿਰ ਉਹੀ ਕੁਛ ਹੋ ਜਾਂਦਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ 1995 'ਚ ਪ੍ਰਕਾਸ਼ ਸਿੰਘ ਬਾਦਲ ਜਦੋਂ ਤਾਕਤ ਦੇ ਵਿੱਚ ਆਇਆ, ਉਹ ਆਹੀ ਸਿੱਖਾਂ ਨਾਲ ਹੋਈਆਂ ਜਾਤੀਆਂ ਦੇ ਮੁੱਦੇ ਨੂੰ ਜਜ਼ਬਾਤੀ ਆਧਾਰ ਦੇ ਉੱਤੇ ਲੋਕਾਂ ਦੀਆਂ ਵੋਟਾਂ ਲੈ ਕੇ ਬਣਿਆ। ਅੱਜ ਦੇਖ ਲਓ ਉਹਦਾ ਕਿਰਦਾਰ, ਕੁਛ ਵੀ ਮੇਰੇ ਵੱਲੋਂ ਕਹਿਣ ਦੀ ਲੋੜ ਨਹੀਂ ਕਿ ਉਹ ਕੀ ਕਰ ਰਿਹਾ। ਇਸ ਕਰਕੇ ਜੇ ਕੱਲ੍ਹ ਨੂੰ ਕੋਈ ਹੋਰ ਇਹ ਮੁੱਦੇ ਦੇ ਨਾਂ 'ਤੇ ਬਾਦਲ ਨੂੰ ਪਾਸੇ ਕਰਕੇ ਅੱਗੇ ਆ ਜਾਂਦਾ ਤਾਂ ਕੀ ਗਰੰਟੀ ਹੈ ਕਿ ਉਹ ਵੀ ਬਾਦਲ ਨਹੀਂ ਬਣੂਗਾ? ਇਹ ਸਾਨੂੰ ਸੋਚਣਾ ਚਾਹੀਦਾ, ਕਿਉਂਕਿ ਕਿਹੜੀ ਗੱਲ ਹੈ ਜਿਹੜੀ ਰੋਕੂਗੀ ਕਿ ਉਹ ਉਸ ਰਾਹ ਨਹੀਂ ਪਊਗਾ। ਸੋ ਨਵੰਬਰ 84 ਦੇ ਵਿੱਚੋਂ ਜੇ ਅਸੀਂ ਸਿੱਖਣ ਦੀ ਗੱਲ ਕਰੀਏ ਤਾਂ ਦੋ ਤਿੰਨ ਗੱਲਾਂ ਮੈਂ ਇੱਥੇ, ਹੁਣ ਬਹੁਤਾ ਟਾਈਮ ਆਪਾਂ ਨਹੀਂ ਲਾਉਂਦੇ ਕਿਉਂਕਿ ਇਸ ਵਿਸ਼ੇ ਦੇ ਉੱਤੇ ਬਹੁਤ ਜ਼ਿਆਦਾ ਬੋਲਿਆ ਜਾ ਸਕਦਾ, ਪਰ ਜਿਹੜੇ ਇੰਪਾਰਟ ਮਹੱਤਵਪੂਰਨ ਲੱਗਦੇ ਆ ਤਿੰਨ ਚਾਰ ਗੱਲਾਂ, ਸਿਰਫ ਆਪਾਂ ਉਸ ਦੇ ਉੱਤੇ ਗੱਲ ਕਰਾਂਗੇ। ਇੱਕ ਤਾਂ ਇਹ ਕਿ ਜਦੋਂ ਵੀ ਕਿਤੇ ਜੈਨੋਸਾਈਡ ਹੁੰਦਾ, ਜਿਹੜੀ ਪਰਮਜੀਤ ਸਿੰਘ ਨੇ ਗੱਲ ਕਹੀ ਸੀ ਡਿਨਾਇਲ ਦੀ, ਕਿ ਉਹ ਤੋਂ ਮੁੱਕਰਿਆ ਜਾਂਦਾ, ਇਹ ਨਹੀਂ ਉਹ ਮੁੱਕਰਨਾ ਮਤਲਬ ਇਹ ਨਹੀਂ, ਉਹ ਇਹ ਨਹੀਂ ਮੰਨਦੇ ਕਿ ਇੱਥੇ ਕੁਛ ਹੋਇਆ ਹੀ ਨਹੀਂ, ਉਹਦੀ ਵਿਆਖਿਆ ਹੋਰ ਤਰ੍ਹਾਂ ਕਰਨ ਲੱਗ ਜਾਂਦੇ। ਉਹ 'ਚ ਸਭ ਤੋਂ ਅਹਿਮ ਪਹਿਲੂ ਹੁੰਦਾ ਕਿ ਜਿਹੜੇ ਕਾਤਲ ਹੈ ਉਹਨਾਂ ਦੀ ਸਹੀ ਆਈਡੈਂਟੀ ਨਾ ਦੱਸੀ ਜਾਵੇ। ਆਮ ਤੌਰ 'ਤੇ ਤੁਸੀਂ ਨਵੰਬਰ 84 'ਚ ਵੀ ਦੇਖਿਆ ਕਿ ਕੌਣ ਸੀ ਜਿਨ੍ਹਾਂ ਨੇ ਇਹ ਕੀਤਾ, ਉਹ ਕਹਿਣਗੇ ਜੀ ਉਹ ਗੁੰਡੇ ਸੀ, ਸਮਾਜ ਵਿਰੋਧੀ ਅਨਸਰ ਸੀ, ਕਾਂਗਰਸ ਨੇ ਕਿਰਾਏ 'ਤੇ ਲਿਆਂਦੇ ਹੋਏ ਸੀ, ਉਹ ਲੁੱਟਣਾ ਚਾਹੁੰਦੇ ਸੀ ਬਸ। ਇੱਥੋਂ ਸ਼ੁਰੂ ਹੁੰਦਾ ਡਿਨਾਇਲ ਕਿ ਜਿਹੜੇ ਪਰਪੈਟਰੇਟਰਸ ਨੂੰ, ਜਿਹੜੇ ਕਾਤਲ ਨੂੰ ਉਹਨਾਂ ਦੀ ਅਸਲੀ ਪਛਾਣ ਨਾ ਦੱਸੀ ਜਾਵੇ। ਜੇ ਜਿਊਸ਼ ਨਾਲ ਵੀ ਇਸ ਤਰ੍ਹਾਂ ਹੀ ਹੋਇਆ, ਹੋਲੋਕਾਸਟ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਆਖਿਆਵਾਂ ਦਿੱਤੀਆਂ ਗਈਆਂ ਕਿ ਉਹ ਜਰਮਨ ਲੋਕ ਤਾਂ ਇਸ ਤਰ੍ਹਾਂ ਦਾ ਕੰਮ ਕਰ ਹੀ ਨਹੀਂ ਸਕਦੇ ਕਦੇ, ਵੀ ਜਿਹੜੇ ਬੰਦੇ ਇਨਲਾਈਟਨਮੈਂਟ ਦੇ ਅਗਰ ਦੂਤ ਸੀਗੇ, ਜਿੱਥੇ ਦਾਂਤੇ ਹੋਇਆ, ਜਿੱਥੇ ਫਲਾਨਾ ਹੋਇਆ, ਜਿਹਦੀ ਐਡੀ ਸੱਭਿਅਤਾ, ਉਹ ਸਾਰੀਆਂ ਗੱਲਾਂ ਦੁਹਰਾਈਆਂ ਜਾਂਦੀਆਂ ਨੇ ਕਿ ਕੋਈ ਸੱਚਾ ਜਰਮਨ ਇਹ ਕੰਮ ਨਹੀਂ, ਇਹੋ ਜਿਹਾ ਭੱਤਾਕਾਰਾ ਨਹੀਂ ਕਰ ਸਕਦਾ, ਇਹ ਤਾਂ ਕੁਛ ਉਹੋ ਜਿਹੇ ਸਮਾਜ ਵਿਰੋਧੀ ਅਤੇ ਗੁੰਡਾ ਅਨਸਰ ਉਹਨਾਂ ਨੇ ਇਹ ਕੰਮ ਕਰਤਾ।
ਇਸ ਤਰ੍ਹਾਂ ਹੀ ਇੱਥੇ ਕਿਹਾ ਜਾਓ ਕਿ ਹਿੰਦੂ ਇਸ ਤਰ੍ਹਾਂ ਦਾ ਘਟੀਆ ਕਾਰਾ ਨਹੀਂ ਕਰ ਸਕਦਾ। ਇਸ ਕਰਕੇ ਇਹ ਕੰਮ ਕਰਨ ਵਾਲੇ ਹਿੰਦੂ ਨਹੀਂ, ਉਹ ਤਾਂ ਸਮਾਜ ਵਿਰੋਧੀ ਸੀ। ਪਰ ਗੱਲ ਇਹ ਕਿ ਹਿੰਦੂ ਇਹ ਸਭ ਕੁਛ ਕਰ ਸਕਦਾ, ਕੀਤਾ, ਹੋਰ ਵੱਡੇ ਪੈਮਾਨੇ 'ਤੇ ਕਰਨ ਦੀਆਂ ਸਮਾਨ ਤਿਆਰ ਹੋ ਰਿਹਾ। ਇਹ ਕਹੀਏ ਵੀ ਹਿੰਦੂ ਨਹੀਂ ਕਰ ਸਕਦਾ। ਇਸ ਤਰ੍ਹਾਂ ਇਹ ਕਿਹਾ ਜਾਂਦਾ ਕਿ ਕੋਈ ਵੀ ਇਨਸਾਨ ਇਹੋ ਜਿਹਾ ਘਟੀਆ ਕਾਰਾ ਨਹੀਂ ਕਰ ਸਕਦਾ। ਜਿਨ੍ਹਾਂ ਨੇ ਇਹ ਕੀਤਾ ਉਹ ਇਨਸਾਨ ਨਹੀਂ, ਉਹ ਤਾਂ ਹੈਵਾਨ ਸੀ। ਯਹੂਦੀ ਵਿਦਵਾਨਾਂ ਨੇ ਇਹ ਗੱਲ ਲਿਆਂਦੀ ਕਿ ਨਹੀਂ, ਜਿਨ੍ਹਾਂ ਨੇ ਕੀਤਾ ਉਹ ਇਨਸਾਨ ਸੀ, ਜੋ ਕੁਛ ਕੀਤਾ ਉਹ ਹੈਵਾਨਾਂ ਵਾਂਗੂ ਕੀਤਾ, ਅਤੇ ਕਿਸੇ ਖਾਸ ਹਾਲਤ ਦੇ ਵਿੱਚ ਅੰਡਰ ਸਰਟਨ ਸਰਕਮਸਟਾਂਸਿਸ ਇਨਸਾਨ ਵੀ ਹੈਵਾਨ ਬਣ ਜਾਂਦਾ। ਉਹ ਕਿਵੇਂ ਬਣਦਾ ਇਹ ਸਮਝਣ ਦੀ ਲੋੜ ਹੈ। ਅਗਲੀ ਗੱਲ ਜਿਹੜੀ ਉਹਨਾਂ ਨੇ ਬਹੁਤ ਇੰਪੋਰਟੈਂਟ ਕਹੀ ਕਿ ਕੋਈ ਹੈਵਾਨ ਬਣਨ ਵਾਸਤੇ ਇੱਕ ਗੱਲ ਜ਼ਰੂਰੀ ਹੈ ਕਿ ਉਹਦੇ ਅੰਦਰ, ਉਸ ਵਰਗ ਦੇ ਅੰਦਰ ਕੋਈ ਜੈਨੋਸਾਈਡਲ ਇੰਪਲਸ ਹੋਣੀ ਚਾਹੀਦੀ ਹੈ, ਜਿਹੜੀ ਕਿਸੇ ਖਾਸ ਮੌਕੇ 'ਤੇ ਫਿਰ ਐਕਟੀਵੇਟ ਹੁੰਦੀ ਹੈ, ਹਰ ਵੇਲੇ ਨਹੀਂ। ਪਰ ਜੇ ਉਹ ਜੈਨੋਸਾਈਡ ਇੰਪਲਸ ਨਹੀਂ, ਉਹ ਲੱਖ ਪ੍ਰੋਵੋਕੇਸ਼ਨਾਂ ਦੇ ਵਿੱਚ ਵੀ ਉਹ ਉਸ ਤਰ੍ਹਾਂ ਦਾ ਬਿਹੇਵੀਅਰ ਨਹੀਂ ਕਰ ਲੈਂਦੇ। ਸੋ ਇਹ ਇਸ ਗੱਲ ਨੂੰ ਅੱਜ ਜਦੋਂ ਆਪਾਂ ਸਮਝਦੇ ਹਾਂ ਕਿ ਉਹ ਇੰਪਲਸ ਕੀ ਹੈ, ਇਹ ਬਹੁਤ ਮਹੱਤਵਪੂਰਨ ਹੈ। ਇੱਥੇ ਕਈ ਵਾਰ ਇਹ ਇਤਰਾਜ਼ ਕੀਤਾ ਜਾਂਦਾ, ਖਾਸ ਕਰਕੇ ਮੇਰੇ ਬਾਰੇ, ਮੇਰੀਆਂ ਲਿਖਤਾਂ ਬਾਰੇ ਵੀ, ਮੇਰੇ ਬੋਲਣ ਵਾਲੇ ਵੀ, ਕਿ ਇਹ ਹਿੰਦੂ ਸਿੱਖ ਦੀ ਭਾਸ਼ਾ ਜਾਂ ਇਹ ਇਸ ਤਰ੍ਹਾਂ ਦੀ ਲੈਂਗੁਏਜ ਦੇ ਵਿੱਚ ਗੱਲ ਕਰਦਾ ਜਿਹੜੀ ਕਿ ਗਲਤ ਹੈ। ਕਿਉਂਕਿ ਬਹੁਤ ਲੰਮੀ ਟ੍ਰੈਡੀਸ਼ਨ ਹੈ ਇੱਕ ਲਿਬਰਲ ਐਜੂਕੇਸ਼ਨ ਦੀ, ਜਿਹਦੇ ਵਿੱਚ ਸਾਨੂੰ ਇਹ ਸਿਖਾ ਦਿੱਤਾ ਗਿਆ, ਇੱਕ ਲੈਂਗੁਏਜ ਆਫ ਯੂਨੀਵਰਸਲਿਜ਼ਮ ਸਿਖਾਤੀ ਕਿ ਤੁਸੀਂ ਇਹਨਾਂ ਟਰਮਾਂ 'ਚ ਗੱਲ ਨਾ ਕਰੋ। ਕਿਉਂਕਿ ਜੋ ਕੁਛ ਉਹਨਾਂ ਨੇ ਕਰਨਾ, ਜੋ ਕੁਛ ਉਹਨਾਂ ਨੇ ਕਵਰ ਅਪ ਕਰਨਾ, ਉਹਦੇ ਵਾਸਤੇ ਜ਼ਰੂਰੀ ਹੈ ਕਿ ਇਸ ਤਰ੍ਹਾਂ ਆਈਡੈਂਟੀਫਾਈ ਨਾ ਕੀਤਾ ਜਾਵੇ ਵਰਗ ਦੇ ਤੌਰ 'ਤੇ। ਪਰ ਮੇਰੀ ਇਹ ਧਾਰਨਾ, ਜੇ ਤੁਸੀਂ ਇਸ ਨੂੰ ਇਸ ਤਰ੍ਹਾਂ ਪਛਾਣੋਗੇ ਨਹੀਂ, ਇਸ ਤਰ੍ਹਾਂ ਆਈਡੈਂਟੀਫਾਈ ਨਹੀਂ ਕਰੋਗੇ, ਤਾਂ ਭਵਿੱਖ ਦੇ ਵਿੱਚ ਤੁਸੀਂ ਫੇਰ ਮਾਰ ਖਾਓਗੇ ਕਿਤੇ। ਸਿੱਖਾਂ ਨੇ ਇਸ ਤਰ੍ਹਾਂ ਹੀ ਕੀਤਾ। ਕਿਉਂਕਿ ਜਦੋਂ ਕੋਈ ਐਡੀ ਵੱਡੀ ਗੱਲ ਵਾਪਰਦੀ ਹੈ ਅਚਾਨਕ, ਤਾਂ ਤੁਹਾਡੇ ਕੁਛ ਅਲਿਊਜ਼ਨ ਸ਼ੈਟਰ ਹੁੰਦੇ, ਤੁਹਾਡੇ ਕੁਛ ਭਰਮ ਟੁੱਟਦੇ। ਉਹ ਭਰਮ ਕਿਹੜੇ ਸੀ ਅੱਜ ਆਪਾਂ ਬੈਠ ਕੇ ਸੋਚੋ, ਅਸੀਂ ਕਿਹੜੇ ਭਰਮਾਂ 'ਚ ਰਹਿ ਰਹੇ ਸੀ? ਇੱਕ ਭਰਮ ਤਾਂ ਇਹ ਸੀ ਕਿ ਸਾਨੂੰ ਹਿੰਦੁਸਤਾਨ 'ਚ ਸਾਡਾ ਐਡੀ ਇੱਥੋਂ ਦੀ ਆਜ਼ਾਦੀ ਦੇ ਵਿੱਚ ਸਾਡੀਆਂ 80% ਕੁਰਬਾਨੀਆਂ, ਸਾਨੂੰ ਇਸ ਧਰਤੀ 'ਤੇ ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਇਹ ਨਹੀਂ ਹੋ ਸਕਦਾ। ਦੂਜਾ ਕਿ ਇਹ ਜੋ ਹਿੰਦੂ ਅਤੇ ਸਿੱਖ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ, ਇਹ ਐਨ ਸਾਡੇ ਦਿਮਾਗਾਂ ਦੇ ਵਿੱਚ ਵਾੜਤੀ। ਕਿਉਂਕਿ ਇੰਨੀ ਵਾਰ ਜੋ ਡੋਮੀਨੇਟ ਡਿਸਕੋਰਸ ਹੈ ਕਿਸੇ ਸਮਾਜ ਦੇ ਵਿੱਚ ਚੱਲਦਾ, ਉਹਦਾ ਅਸਰ ਪੈ ਜਾਂਦਾ। ਜੋ 24 ਘੰਟੇ ਅਖਬਾਰਾਂ ਨੇ ਵੀ ਇਹੀ ਕਹਿਣਾ, ਟੈਲੀਵਿਜ਼ਨ ਨੇ ਵੀ ਇਹੀ ਕਹਿਣਾ, ਲੀਡਰਾਂ ਨੇ ਵੀ ਇਹੀ ਕਹਿਣਾ, ਅਧਿਆਪਕਾਂ ਨੇ ਵੀ ਇਹੀ ਕਹਿਣਾ ਵਾਰ ਵਾਰ ਕਿ 9 ਮਾਸ ਦਾ ਰਿਸ਼ਤਾ ਹੈ। ਤਾਂ ਤੁਸੀਂ ਇਹ ਸਮਝੋਗੇ ਮਤਲਬ ਵੀ ਜਿਹੜੇ ਸਾਡੇ ਇੰਨੇ ਆਪਣੇ ਨੇ, ਉਹ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ? ਜਦੋਂ ਉਹਨਾਂ ਨੇ ਕਰਤਾ, ਤੁਸੀਂ ਐਡਮਿਟ ਕਰਨ ਨੂੰ ਤਿਆਰ ਨਹੀਂ ਹੋਣਾ? ਉਹਦੀ ਫਿਰ ਕੋਈ ਵਿਆਖਿਆ ਹੋਰ ਹੋਊ ਕਿ ਨਹੀਂ ਨਹੀਂ ਇਹ ਤਾਂ ਸਮਾਜ ਵਿਰੋਧੀ ਜਾਂ ਗੁੰਡਾ ਆਨਸਰ ਸੀ। ਸੋ ਕਰ ਸਕਦੇ ਨੇ। ਕਮਿਊਨਿਟੀ ਦੇ ਅੰਦਰ ਜੇ ਇੰਪਲਸ ਪਈ ਹੈ, ਤਾਂ ਉਹ ਕਿਸੇ ਖਾਸ ਹਾਲਤ ਦੇ ਵਿੱਚ, ਉਹ ਸਮਝਣ ਦੀ ਲੋੜ ਹੈ ਉਹ ਕਿਹੜੀ ਗੱਲ ਸੀ ਜਿਹਨੇ ਇਸ ਗੱਲ ਨੂੰ ਕੀਤਾ, ਜੋ ਗੁਜਰਾਤ 'ਚ ਹੋਇਆ, ਜੋ ਬੰਬੇ 'ਚ ਹੋਇਆ, ਜੋ ਇੱਥੇ ਹੋਇਆ, ਜੋ ਦਾਦਰੀ 'ਚ ਹੋਇਆ, ਜੋ ਥਾਂ ਥਾਂ ਹੋ ਰਿਹਾ, ਅਤੇ ਜੋ ਹੋਰ ਵੱਡੇ ਪੱਧਰ ਦੇ ਉੱਤੇ ਜੋ ਹੋਣਾ, ਉਹਦੇ ਵਾਸਤੇ ਸਾਨੂੰ ਸਮਝਣਾ ਪਊਗਾ ਕਿੱਥੋਂ ਲੈਂਦੇ ਨੇ ਤਾਕਤ। ਜਿਹਨੇ ਵੀ ਰਾਣਾ ਅਯੂਬ ਜੀ ਦੀ ਕਿਤਾਬ ਪੜ੍ਹੀ ਆ ਗੁਜਰਾਤ ਫਾਈਲਸ, ਉਹਦੇ ਵਿੱਚ ਤੁਸੀਂ ਦੇਖੋ ਜਿਨ੍ਹਾਂ ਨਾਲ ਵੀ ਇਹ ਗੱਲ ਕਰ ਰਹੇ ਨੇ ਜਾਂ ਹੋਰ ਸਾਰੇ ਆਫਿਸਰ ਜਿਨ੍ਹਾਂ ਨੇ ਇਹ ਕੁਛ ਕਰਵਾਇਆ ਜਾਂ ਕੀਤਾ, ਉਹ ਇੱਕ ਗੱਲ ਵਾਰ ਵਾਰ ਲਿਆ ਰਹੇ ਨੇ ਕਿ ਹਿੰਦੂ ਦੇ ਵਿੱਚ ਇਹ ਫੀਲਿੰਗ ਆ ਗਈ ਸੀ ਕਿ ਇੰਨੇ ਸਦੀਆਂ ਤੋਂ ਸਾਨੂੰ ਹਮਲਾਵਰ ਆ ਕੇ ਲੁੱਟਦੇ ਮਾਰਦੇ ਰਹੇ, ਹਰਾਉਂਦੇ ਰਹੇ। ਉਸ ਤੋਂ ਬਾਅਦ 1983 ਤੋਂ ਲੈ ਕੇ ਕਈ ਵਾਰ ਗੁਜਰਾਤ ਦੇ ਵਿੱਚ ਹੀ ਮੁਸਲਮਾਨਾਂ ਨੇ ਹਿੰਦੂਆਂ ਨੂੰ ਵੱਧ ਮਾਰਿਆ, ਅਤੇ ਅਸੀਂ ਉਹ ਬਦਲਾ ਲੈਣਾ। ਬਸ ਇੱਕ ਫੀਲਿੰਗ ਹੈ ਕਿ ਸਾਡੇ ਨਾਲ ਇਤਿਹਾਸ 'ਚ ਬਹੁਤ ਜ਼ਿਆਦਤੀ ਹੋ ਗਈ, ਉਹ ਅਸੀਂ ਹੁਣ ਠੀਕ ਕਰਨੀ ਹੈ। ਹੁਣ ਇੱਥੇ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਕਮਿਊਨਿਟੀ ਦੇ ਨਾਲ ਜੋ ਤੁਹਾਨੂੰ ਤੁਸੀਂ ਰਹਿਣਾ, ਉਹਦੀ ਤੁਹਾਨੂੰ ਮਾਨਸਿਕਤਾ, ਉਹਦੇ ਕਰੈਕਟਰ ਜ਼ਰੂਰ ਪਤਾ ਹੋਣਾ ਚਾਹੀਦਾ, ਫਿਰ ਹੀ ਤੁਸੀਂ ਉਹਦੇ ਨਾਲ ਠੀਕ ਤਰ੍ਹਾਂ ਰਹਿ ਸਕਦੇ ਹੋ।
ਅਤੇ ਜਿੰਨਾ ਚਿਰ ਹਮਲੇ ਹੁੰਦੇ ਰਹੇ ਸਾਰਿਆਂ ਨੂੰ ਆਪਾਂ ਨੂੰ ਪਤਾ ਮਹਿਮੂਦ ਗਜ਼ਨਵੀ ਤੋਂ ਲੈ ਕੇ ਜਾਂ ਗੌਰੀ ਤੋਂ ਲੈ ਕੇ ਨਾਦਰ ਸ਼ਾਹ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਵੀ ਉਹ ਹਮਲਿਆਂ ਵੇਲੇ ਕੋਈ ਰਜਿਸਟੈਂਸ ਨਹੀਂ ਦੇ ਸਕੇ। ਕਿਉਂ ਨਹੀਂ ਦੇ ਸਕੇ? ਕਿਉਂਕਿ ਉਹਨਾਂ 'ਚ ਉਹ ਆਤਮਾ ਹੈ ਨਹੀਂ, ਮਰ ਚੁੱਕੀ ਸੀ। ਪਰ ਫਿਰ ਉਹ ਉਡੀਕ ਰਹੇ ਸੀ ਕਿ ਜਦੋਂ ਸਾਡੇ ਹੱਥ 'ਚ ਪਾਵਰ ਆਊ ਅਸੀਂ ਉਦੋਂ ਬਦਲਾ ਲਵਾਂਗੇ। ਆਹ ਗੱਲ ਹੈ ਜਿਹੜੀ ਸਮਝਣ ਦੀ ਲੋੜ ਹੈ ਕਿ ਜਦੋਂ ਉਹਨਾਂ ਦੇ ਹੱਥ 'ਚ ਪਾਵਰ ਆਊ ਫਿਰ ਅਸੀਂ, ਇਹ ਨਹੀਂ ਉਦੋਂ ਅਸੀਂ ਉਹਨਾਂ ਕੋਲ ਕੋਈ ਬਹੁਤ ਵੱਡਾ ਵਿਜ਼ਨ ਹੋਵੇ ਵੀ ਅਸੀਂ ਲੋਕਾਂ ਨਾਲ ਕੋਈ ਬਹੁਤ ਵੱਡਾ ਇਨਸਾਫ ਕਰਾਂਗੇ। ਇਹੀ ਇੱਕੋ ਇੱਕ ਗੱਲ ਹੈ ਕਿ ਜੋ ਇਤਿਹਾਸ 'ਚ ਸਾਡੇ ਨਾਲ ਵਧੀਕੀਆਂ ਅਤੇ ਬੇਇਨਸਾਫੀਆਂ ਹੋ ਗਈਆਂ ਉਹ ਫਿਰ ਹਿਸਾਬ ਕਿਤਾਬ ਬਰਾਬਰ ਕਰਨਾ ਹੈ। ਸੋ ਪਾਵਰ ਲੈਣ ਦੇ ਪਿੱਛੇ ਆਹ ਥਿੰਕਿੰਗ ਕੰਮ ਕਰਦੀ ਹੈ, ਸਾਨੂੰ ਇਹ ਸਮਝ ਲੈਣਾ ਚਾਹੀਦਾ। 84 ਦੇ ਵਿੱਚ ਵੀ ਗਿਰੀ ਲਾਲ ਜੈਨ ਨੇ ਸਪਸ਼ਟ ਲਿਖਿਆ, ਜਿਹੜਾ ਸੰਪਾਦਕ ਸੀ ਟਾਈਮਜ਼ ਆਫ ਇੰਡੀਆ ਦਾ, ਕਿ ਅੱਜ ਹਿੰਦੂ ਕਿਸੇ ਸਿੱਖ ਦੇ ਮੂੰਹੋਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਅਸੀਂ ਤੁਹਾਡੀ ਰੱਖਿਆ ਕੀਤੀ, ਵੀ ਅਸੀਂ ਅੱਕ ਚੁੱਕੇ ਹਾਂ ਸੁਣਦੇ। ਸੋ ਇਹ ਇੱਕ ਕਰੈਕਟਰ ਹੈ ਉਹਨਾਂ ਦਾ ਕਿ ਜਦੋਂ ਉਹ ਪਾਵਰ 'ਚ ਨਹੀਂ ਉਹ ਹਰ ਹਿਊਮੀਲੇਸ਼ਨ ਸਹਿਣ ਕਰੀ ਜਾਣਗੇ, ਵੋਕਲ ਨਹੀਂ ਹੋਣਗੇ ਕਿਤੇ, ਪਰ ਅੰਦਰੇ ਅੰਦਰ ਜ਼ਹਿਰ ਪਲੀ ਜਾਊ। ਅਤੇ ਉਸ ਮੌਕੇ ਦੀ ਉਡੀਕ 'ਚ ਹੋਣਗੇ ਕਿ ਜਦੋਂ ਹੱਥ ਸਾਡੇ ਹੱਥ 'ਚ ਪਾਵਰ ਆਈ ਫਿਰ ਸਬਕ ਸਿਖਾਵਾਂਗੇ, ਫਿਰ ਹਿਸਾਬ ਕਿਤਾਬ ਬਰਾਬਰ ਕਰਾਂਗੇ। ਇਹ ਕਰੈਕਟਰ ਹੈ ਜਿਹੜਾ ਪ੍ਰਗਟ ਹੋ ਰਿਹਾ ਹੈ। ਇਸ ਤਰ੍ਹਾਂ ਕਹਿਣਾ ਕੋਈ ਫਿਰਕਾ ਪ੍ਰਸਤੀ ਨਹੀਂ, ਕਿਸੇ ਫਿਰਕੇ ਦੇ ਖਿਲਾਫ਼ ਕੁਛ ਸੋਚਣਾ ਨਹੀਂ, ਇੱਕ ਹਕੀਕਤ ਨੂੰ ਇੱਕ ਸੱਚਾਈ ਨੂੰ ਦੇਖਣਾ, ਕਿਉਂਕਿ ਅਸੀਂ ਇੱਥੇ ਰਹਿਣਾ, ਆਪਦਾ ਬਚਾਅ ਕਰਨਾ, ਉਹਦੇ ਸਾਨੂੰ ਇਹ ਸਮਝਣਾ ਚਾਹੀਦਾ। ਸਿੱਖ ਦਾ ਕਰੈਕਟਰ ਕੀ ਰਿਹਾ? ਰਾਜ ਤਾਂ ਇਹਦੇ ਕੋਲ ਰਿਹਾ ਹੀ ਬਹੁਤ ਥੋੜ੍ਹਾ ਹੈ, ਲੜਿਆ ਹਰ ਵੇਲੇ ਹੈ। ਇਹ ਇਸ ਤਰ੍ਹਾਂ ਉਡੀਕ ਨਹੀਂ ਕਰਦਾ ਕਿ ਹੁਣ ਦੜਬੱਟ ਜੋ ਮੁੜ ਕੇ ਦੇਖਾਂਗੇ ਜੋ ਰਾਜ ਆ ਗਿਆ। ਉਹ ਤਾਂ ਫਰਜ਼ ਹੀ ਇਹ ਹੈ ਕਿ ਕਿਤੇ ਭਾਵੇਂ ਇਕੱਲਾ ਭਾਵੇਂ ਕਮਜ਼ੋਰ ਹੈ, ਜਿਸ ਤਰ੍ਹਾਂ ਵੀ ਉਹ ਲੜ ਸਕਦਾ, ਜਿਸ ਤਰ੍ਹਾਂ ਵੀ ਕਰ ਸਕਦਾ, ਉਹ ਆਪਣੀ ਇੱਕ ਆਵਾਜ਼ ਬੁਲੰਦ ਕਰਦਾ, ਜਿਹੜਾ ਸੱਚਾ ਸਿੱਖ ਕਰੈਕਟਰ ਆਪਾਂ ਕਹੀਏ। ਅਨਫਾਰਚੂਨੇਟਲੀ ਅੱਜ ਬਹੁਤ ਵੱਡਾ ਗੈਪ ਪੈ ਗਿਆ, ਜੋ ਸਾਡਾ ਕਿਰਦਾਰ ਸੀ, ਜੋ ਅੱਜ ਪ੍ਰਗਟ ਹੋ ਰਿਹਾ, ਉਹਦੇ ਉੱਤੇ ਬਹੁਤ ਸਾਰੇ ਕਾਰਨ, ਆਪਾਂ ਉਸ ਕਾਰਨਾਂ 'ਚ ਨਹੀਂ ਜਾਂਦੇ, ਪਰ ਅੱਜ ਅਸੀਂ ਉਹ ਨਹੀਂ ਰਹਿ ਗਏ। ਸੋ ਸਿੱਖ ਲੜਦਾ, ਪਰ ਇੱਕ ਗੱਲ ਸਿੱਖ ਦੀ ਵੀ ਸਾਡੇ ਪ੍ਰੈਕਟਿਸ ਨੇ ਦਿਖਾਤੀ ਕਿ ਸਿੱਖ ਜਦੋਂ ਪਾਵਰ 'ਚ ਆਉਂਦਾ ਤਾਂ ਉਹ ਕਰਪਟ ਹੋ ਜਾਂਦਾ ਬਹੁਤ ਛੇਤੀ। ਅਤੇ ਜਦੋਂ ਸਿੱਖ ਕਰਪਟ ਹੋਊ ਉਦੋਂ ਕੀ ਕਰੂ? ਉਹ 'ਚੋਂ ਸਿੱਖੀ ਦਾ ਅੰਸ਼ ਮਰ ਜੂ। ਸਿੱਖੀ ਦਾ ਅੰਸ਼ ਮਰਨ ਦਾ ਮਤਲਬ ਉਹਦੇ 'ਚ ਉਹ ਮਾਨਵਵਾਦ ਦਾ ਹਿਊਮਨਿਸਟਿਕ ਜਿਹੜਾ ਐਲੀਮੈਂਟ ਉਹ ਖਤਮ, ਕੁਛ ਇਰੋਡ ਹੋ ਜਾਊਗਾ, ਉਹ 'ਚੋਂ ਗੈਰ ਤੋਂ ਨਹੀਂ ਰਹੂਗੀ। ਅੱਜ ਦੇ ਸਾਡੇ ਰੂਲਰ ਅਮਿਤ ਸ਼ਾਹ ਨੂੰ ਜਾਂ ਮੋਦੀ ਨੂੰ ਬੁਲਾ ਕੇ ਜਾਂ ਰਾਜਨਾਥ ਨੂੰ ਗੁਰੂ ਗੁਰਪੁਰਬਾਂ ਦੇ ਉੱਤੇ, ਤੁਸੀਂ ਦੇਖਿਓ ਜੇ 350 ਸਾਲਾਂ ਦਸਵੇਂ ਪਾਤਸ਼ਾਹ ਦਾ ਆਉਣਾ, ਉਸ ਦੇ ਜਿਸ ਪੱਧਰ ਦੇ ਉੱਤੇ ਸਮਾਗਮ ਫੰਕਸ਼ਨ ਕਰਵਾਏ ਜਾਣਗੇ, ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵਾਰ ਵਾਰ ਲਿਆ ਕੇ ਉੱਥੇ ਪੇਸ਼ ਕਰਨਾ, ਸਾਨੂੰ ਮੱਤਾਂ ਦੇਣਗੇ ਆ ਕੇ ਕਿ ਗੁਰੂ ਸਾਹਿਬ ਕੀ ਸੀ, ਗੁਰੂ ਨਾਨਕ ਸਾਹਿਬ ਕੀ ਸੀ, ਗੁਰੂ ਗੋਬਿੰਦ ਸਿੰਘ ਕੀ ਸੀ। ਅੱਜ ਅਸੀਂ ਉਹਨਾਂ ਤੋਂ ਇਹ ਲੈਸਨ ਲੈਣੇ ਨੇ, ਉਹਨਾਂ ਤੋਂ ਸਬਕ ਲੈਣੇ ਨੇ। ਕਿਉਂ? ਕਿਉਂਕਿ ਸਾਡੇ 'ਚੋਂ ਉਹ ਗੈਰਤ ਖਤਮ ਹੋ ਗਈ ਹੈ। ਜੋ ਸਿੱਖੀ 'ਚੋਂ ਜਦੋਂ ਸਿੱਖ 'ਚੋਂ ਸਿੱਖੀ ਮਰੂਗੀ ਤਾਂ ਉਹਦਾ ਬਹੁਤ ਕੁਛ ਅੰਦਰੋਂ ਮਰ ਜੂ ਬੰਦੇ ਦੇ ਤੌਰ 'ਤੇ। ਉਹਦੇ 'ਚ ਫਿਰ ਉਹੀ ਗੱਲਾਂ ਜਾਗਣਗੀਆਂ ਜੋ ਬਾਕੀ ਸਮਾਜ ਦੂਸਰੇ ਲੋਕਾਂ ਦੇ ਵਿੱਚ ਹੁੰਦੀਆਂ। ਇੱਕ ਜਿਹੜੀ ਹੋਰ ਅਸੀਂ ਦੇਖਿਆ ਕਿ ਨਵੰਬਰ 84 ਦੇ ਖਿਲਾਫ਼ ਅਸੀਂ ਬਹੁਤ ਬੋਲੇ ਹਾਂ, ਪਿਛਲੇ ਸਾਰੇ ਪੀਰੀਅਡ 'ਚ ਵਿਰੋਧ ਕੀਤਾ, ਸਭ ਕੁਛ ਹੋਇਆ। ਆਮ ਤੌਰ 'ਤੇ ਕੀ ਕਿਹਾ ਗਿਆ ਕਿ ਕਾਂਗਰਸ ਨੇ ਕਰਵਾਏ ਦੰਗੇ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਨਾ, ਕੁਛ ਖਾਸ ਵਿਸ਼ੇਸ਼ ਪਾਰਟੀ ਜਾਂ ਵਿਅਕਤੀ ਦੇ ਨੂੰ ਜ਼ਿੰਮੇਵਾਰ ਠਹਿਰਾਵਾਂਗੇ, ਸਾਥੋਂ ਉਹਦਾ ਅਸਲੀ ਕਾਜ ਲੱਭਿਆ ਨਹੀਂ ਜਾਂਦਾ। ਪਰਮਜੀਤ ਸਿੰਘ ਬੋਲ ਕੇ ਗਿਆ, ਦੱਸ ਕੇ ਗਿਆ ਇੱਕ ਬਹੁਤ ਵੱਡਾ ਫੈਕਟ ਕਿ 8 ਨਵੰਬਰ ਨੂੰ ਹੀ ਗੁਰਪੁਰਬ ਦੇ ਉੱਤੇ ਗੁਰਦੁਆਰਿਆਂ 'ਚ ਨਾਨਾ ਦੇਸ਼ਮੁੱਖ ਦਾ ਆਰਟੀਕਲ ਵੰਡਿਆ ਗਿਆ। ਨਾਨਾ ਦੇਸ਼ਮੁੱਖ RSS ਦਾ ਸਭ ਤੋਂ ਵੱਡਾ ਆਈਡਲੋਗ ਸੀ। ਉਸ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਜੋ ਕੁਛ ਹੋਇਆ ਇਹ ਸਮਾਜ ਵਿਰੋਧੀ ਅਨਸਰਾਂ ਦਾ ਕੰਮ ਨਹੀਂ ਸੀ, ਇਹ ਹਿੰਦੂ ਜੈਨੂਨ ਐਂਗਰ ਦਾ ਪ੍ਰਗਟਾਵਾ ਸੀ, ਉਹਦਾ ਸੱਚਾ ਗੁੱਸਾ ਪ੍ਰਗਟ ਹੋਇਆ। ਕਿਉਂਕਿ ਇੰਦਰਾ ਗਾਂਧੀ ਬਹੁਤ ਮਜ਼ਬੂਤ ਦੇਸ਼ ਦੀ ਰੱਖਿਆ ਕਰਨ ਵਾਲੀ ਡਾਇਨਾਮਿਕ ਲੀਡਰ ਸੀ, ਜਿਹਦੇ 'ਚੋਂ ਹਿੰਦੂ ਆਪਦੀ ਹੋਪ ਦੇਖਦਾ ਸੀ
ਕਿ ਜੇ ਭਾਰਤ ਨੂੰ ਕੋਈ ਮਜ਼ਬੂਤ ਬਣਾ ਸਕਦਾ ਅਤੇ ਉਹਨੂੰ ਇੱਕ ਮੁੱਠ ਰੱਖ ਸਕਦਾ। ਆਹ ਪੁਆਇੰਟ ਜਿਹੜਾ ਨਾ ਤੁਸੀਂ ਵਾਰ ਵਾਰ ਇਸ ਨੂੰ ਧਿਆਨ 'ਚ ਰੱਖੋ ਕਿ ਜਦੋਂ ਵੀ ਕਿਸੇ ਘੱਟ ਗਿਣਤੀ ਦੇ ਉੱਤੇ ਕਤਲੇਆਮ ਹੋਇਆ ਤਾਂ ਉਹ ਧਰਮ ਦੇ ਨਾਂ 'ਤੇ ਨਹੀਂ ਹੋਣਾ, ਦੇਸ਼ ਦੇ ਨਾਂ 'ਤੇ ਹੋਣਾ, ਕਿ ਇਹਨਾਂ ਤੋਂ ਦੇਸ਼ ਦੀ ਏਕਤਾ ਨੂੰ ਖਤਰਾ ਹੈ, ਦੇਸ਼ ਖਤਰੇ 'ਚ ਹੈ। ਜਦੋਂ ਉਹ ਇਹ ਸੈਂਟੀਮੈਂਟ ਜਗਾ ਲੈਣਗੇ ਫਿਰ ਹਰ ਜਿਹੜਾ ਕ੍ਰਾਈਮ ਹੈ ਉਹ ਮਾਫ਼ ਹੋ ਜਾਊਗਾ। ਸੋ ਇਸ ਕਰਕੇ ਉਹਨੇ ਨਾਨਾ ਦੇਸ਼ਮੁੱਖ ਨੇ ਇਹ ਗੱਲ ਕਹੀ ਕਿ ਇੰਦਰਾ ਗਾਂਧੀ ਇੱਕ ਡਾਇਨਾਮਿਕ ਲੀਡਰ ਸੀ ਜਿਹੜੀ ਦੇਸ਼ ਨੂੰ ਉਹੀ ਬਚਾ ਸਕਦੀ ਸੀ, ਅਤੇ ਸਿੱਖ ਜੋ ਕੁਛ ਕਰ ਰਹੇ ਸੀ ਉਹ ਦੇਸ਼ ਦੀ ਏਕਤਾ ਨੂੰ ਖਤਰਾ ਸੀ, ਉਹ ਦੇਸ਼ ਵਾਸਤੇ ਖਤਰਨਾਕ ਸੀ, ਅਤੇ ਸਿੱਖਾਂ ਨੂੰ ਕਹਿੰਦਾ ਵੀ ਇਹਦੇ ਖਿਲਾਫ਼ ਬੋਲਣ ਰੌਲਾ ਨਹੀਂ ਪਾਉਣਾ ਚਾਹੀਦਾ, ਸਗੋਂ ਆਪਦਾ ਆਤਮ ਚੇਤਨ ਕਰਨਾ ਚਾਹੀਦਾ ਕਿ ਸਾਥੋਂ ਕੀ ਗਲਤ ਹੋ ਗਿਆ। ਉਹ ਕਹਿੰਦਾ ਮੈਨੂੰ ਕੁਛ ਥਾਵਾਂ 'ਤੇ ਪਤਾ ਲੱਗਿਆ ਕਿ ਸਿੱਖਾਂ ਨੇ ਮੂਹਰੋਂ ਮੁਕਾਬਲਾ ਕੀਤਾ, ਉਹ ਕਹਿੰਦਾ ਬਹੁਤ ਹੀ ਖਤਰਨਾਕ ਅਤੇ ਆਤਮਘਾਤੀ ਹੈ ਸਿੱਖਾਂ ਵਾਸਤੇ, ਇਹ ਬਿਲਕੁਲ ਨਾ ਕਰੋ, ਹੁੰਦਾ ਚੁੱਪ ਕਰਕੇ ਚੱਲੋ ਅਤੇ ਸੋਚੋ ਕਿ ਕਿਉਂ ਹੋ ਗਿਆ ਅਤੇ ਫਿਰ ਆਪਣੇ ਆਪ ਨੂੰ ਸੁਧਾਰੋ। ਹੁਣ ਇਹ ਜਿਹੜੀ ਸਾਰੀ ਗੱਲਬਾਤ ਹੈ ਕਿ ਜਿਹੜੀ ਮੁੱਖ ਵਿਰੋਧੀ ਪਾਰਟੀ ਧਿਰ ਹੈ ਕਾਂਗਰਸ ਦੀ, ਕਾਂਗਰਸ ਸੈਕੂਲਰਿਸਟ ਕਹਿੰਦੀ ਹੈ, RSS ਆਪਦੇ ਆਪ ਨੂੰ ਹਿੰਦੂ ਦੇ ਤੌਰ 'ਤੇ ਪੇਸ਼ ਕਰਦੇ ਨੇ, ਉਹ ਦੋਵੇਂ ਇੱਕੋ ਬੋਲੀ ਕਿਵੇਂ ਬੋਲ ਰਹੇ ਹਨ, ਇਸ ਮਸਲੇ 'ਤੇ ਦੋਵੇਂ ਇੱਕ ਕਿਵੇਂ ਹੋ ਗਏ। ਇਹਦੇ ਵਿੱਚ ਜਿਹੜਾ ਕੇਂਦਰੀ ਗੱਲ ਸਮਝਣ ਵਾਸਤੇ ਉਹ ਇਹ ਹੈ ਕਿ ਦੋਹਾਂ ਦਾ ਪ੍ਰੋਜੈਕਟ ਹਿੰਦੁਸਤਾਨ ਦੇ ਵਿੱਚ ਇੱਕ ਇੰਡੀਅਨ ਨੇਸ਼ਨ ਬਿਲਡ ਕਰਨਾ ਜਿਹਦੇ ਵਿੱਚ ਡੋਮੀਨੇਸ਼ਨ ਹਿੰਦੂ ਦੀ ਹੋ, ਇਹੀ ਸੰਕਲਪ ਜਦੋਂ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਚੱਲ ਰਹੀ ਸੀਗੀ ਦੇਸ਼ ਦੀ ਆਜ਼ਾਦੀ ਵਾਸਤੇ, ਇਹ ਉਹਦੀ ਇਹ ਲਿਆਏ ਸੀ ਕਿ ਅਸੀਂ ਆਜ਼ਾਦੀ ਤੋਂ ਬਾਅਦ ਇੰਡੀਆ ਨੂੰ ਇੱਕ ਸਿੰਗਲ ਨੇਸ਼ਨ ਦੇ ਤੌਰ 'ਤੇ ਬਿਲਡ ਕਰਨਾ, ਉਸ ਆਧਾਰ ਉਸ ਵਾਸਤੇ ਨੇਸ਼ਨ ਸਟੇਟ ਸਥਾਪਿਤ ਕਰਨਾ, ਉਸ ਦੇ ਮੁਕਾਬਲੇ 'ਤੇ ਮੁਸਲਮਾਨ ਲੀਡਰ ਲੈ ਕੇ ਆਏ ਕਿ ਨਹੀਂ ਇਹ ਇੱਕ ਸਿੰਗਲ ਨੇਸ਼ਨ ਨਹੀਂ ਇੰਡੀਆ, ਇਹ ਮਲਟੀ ਕਲਚਰਲ ਹੈ, ਮਲਟੀ ਰਿਲੀਜੀਅਸ ਹੈ, ਮਲਟੀ ਨੈਸ਼ਨਲ ਹੈ, ਇੱਥੇ ਫਿਊਚਰ ਦੇ ਵਿੱਚ ਜੋ ਸਰਕਾਰ ਬਣੂ ਉਹਦਾ ਮਾਡਲ ਜਿਹੜਾ ਉਹ ਫੈਡਰਲ ਹੋਣਾ ਚਾਹੀਦਾ ਤਾਂ ਕਿ ਕੋਈ ਇੱਕ ਦੂਜੇ ਨੂੰ ਨੁਕਸਾਨ ਨਾ ਪਹੁੰਚਾ ਸਕੇ, ਇੰਨਾ ਪਾਵਰਫੁੱਲ ਨਾ ਹੋ ਜਾਵੇ। ਉਹਨਾਂ ਨੇ ਉਹ ਸਾਰੇ ਡਿਫੈਂਸ ਮੈਕਨਿਜ਼ਮ ਦਿੱਤੇ। ਅਲਟੀਮੇਟਲੀ ਆਪਾਂ ਉਸ ਡਿਟੇਲ 'ਚ ਨਾ ਜਾਈਏ, ਜਿਹੜੇ ਕਾਂਗਰਸ ਦੇ ਲੀਡਰ ਸੀ ਨਹਿਰੂ ਨੇ ਖਾਸ ਕਰਕੇ ਕਹਿਤਾ ਸੀ ਕਿ ਸਾਨੂੰ ਯੂਨਾਈਟਿਡ ਇੰਡੀਆ ਨਾਲੋਂ ਸੈਂਟਰਲਾਈਜ਼ਡ ਬਟ ਡਿਵਾਈਡਡ ਇੰਡੀਆ ਨੂੰ ਅਸੀਂ ਪ੍ਰੈਫਰ ਕਰਾਂਗੇ। ਇੱਥੋਂ ਉਹਨਾਂ ਦੀ ਇੰਟੈਂਸ਼ਨ ਪਤਾ ਲੱਗਦੀ ਹੈ ਕਿ ਉਹ ਦੂਜੇ ਨੂੰ ਸਪੇਸ ਨਹੀਂ ਦਿੰਦੇ। ਹੁਣ ਜੇ ਦੂਜਾ ਆਪਦਾ ਸਪੇਸ ਮੰਗੂ ਤਾਂ ਉਹਨੂੰ ਡਰਾਇਆ ਜਾਊ, ਉਹਨੂੰ ਧਮਕਾਇਆ ਜਾਊ, ਉਹਨੂੰ ਖਤਮ ਕੀਤਾ ਜਾਊ। ਸੋ ਇੱਥੇ ਚੱਲ ਰਿਹਾ ਉਸ ਗੱਲ ਵਾਸਤੇ ਇੰਡੀਆ ਨੂੰ ਇੱਕ ਸਿੰਗਲ ਨੇਸ਼ਨ ਦੇ ਤੌਰ 'ਤੇ ਬਿਲਡ ਕਰਨ ਵਾਸਤੇ ਦੋ ਸਟਰੈਟਜੀ ਚੱਲ ਰਹੀਆਂ ਨੇ, ਕੁਛ ਨੂੰ ਸਿਮੂਲੇਟ ਕਰ ਲਓ, ਕੁਛ ਨੂੰ ਇਲੀਮੀਨੇਟ ਕਰ ਲਓ। ਨਾਜ਼ੀਆਂ ਦੀ ਜੋ ਸਟਰੈਟਜੀ ਸੀ ਜਿਊਜ਼ ਬਾਰੇ ਉਹ ਇਲੀਮੀਨੇਸ਼ਨ ਦੀ ਸੀ, ਅਸਿਮੀਲੇਸ਼ਨ 'ਚ ਉਹਨਾਂ ਦੀ ਕੋਈ ਇੰਟਰਸਟ ਨਹੀਂ ਸੀਗਾ, ਨਾ ਪੋਸੀਬਲ ਸੀ, ਇਸ ਕਰਕੇ ਉਹਨਾਂ ਫਿਜੀਕਲ ਇਲੀਮੀਨੇਸ਼ਨ। ਅਸੀਂ ਇੱਥੇ ਕਈ ਵਾਰ ਤਾਂ ਵੱਧ ਭੁਲੇਖਾ ਖਾ ਜਾਂਦੇ ਹਾਂ ਅਤੇ ਸਾਨੂੰ ਤਾਂ ਉਹ ਇੰਨਾ ਮਾਣਤਾਨ ਦਿੰਦੇ ਨੇ, ਸਾਡਾ ਤਾਂ ਉਹਨੇ ਮੁੱਖ ਪ੍ਰਧਾਨ ਮੰਤਰੀ ਵੀ ਬਣਾਤਾ, ਇੱਕ ਵਾਰ ਰਾਸ਼ਟਰਪਤੀ ਵੀ ਬਣਾਤਾ, ਆਰਮਡ ਫੋਰਸ ਦਾ ਮੁਖੀ ਵੀ ਬਣਾਤਾ, ਮਤਲਬ ਕਿੰਨੇ ਅਹੁਦੇ ਸਾਨੂੰ ਦੇ ਤੇ, ਕਿਉਂਕਿ ਇੱਥੇ ਉਹਨਾਂ ਦੀ ਜਿਹੜੀ ਮੇਨ ਸਟਰੈਟਜੀ ਆ ਉਹ ਅਲੀਮੀਨੇਸ਼ਨ ਨਹੀਂ, ਉਹ ਅਸਿਮੀਲੇਸ਼ਨ ਹੈ। ਪਰ ਅਸਿਮੀਲੇਸ਼ਨ ਦੇ ਪ੍ਰੋਸੈਸ ਨੂੰ ਫੈਸਿਲੀਟੇਟ ਕਰਨ ਵਾਸਤੇ ਇੱਕ ਲਿਮਿਟਡ ਡੋਜ਼ ਆਫ ਅਲੀਮੀਨੇਸ਼ਨ ਇਹ ਵੀ ਜ਼ਰੂਰੀ ਹੈ। ਸੋ 84 ਦੇ ਵਿੱਚ ਜੋ ਹੋਇਆ ਉਹ ਇੱਕ ਡੋਜ਼ ਦਿੱਤੀ ਸੀ, ਨਾਨਾ ਦੇਸ਼ਮੁੱਖ ਤਾਂ ਹੀ ਕਹਿ ਰਿਹਾ ਸੀ ਅਜੇ ਵੀ ਸਮਝੋ, ਅਜੇ ਵੀ ਸਿਮੂਲੇਸ਼ਨ ਲਈ ਤਿਆਰ ਹੋ ਜਾਓ। ਸੋ ਇਹ ਡਰਾਉਣ ਦੀ ਇੱਕ ਅਟੈਂਪਟ ਸੀ। ਸੋ ਇਸ ਕਰਕੇ ਅਸੀਂ ਇਹਨੂੰ ਇਹਨਾਂ ਟਰਮਾਂ 'ਚ ਨਾ ਦੇਖੀਏ ਕਿ ਕਾਂਗਰਸ ਨੇ ਕੀਤਾ ਜਾਂ ਕਿਹਨੇ ਕੀਤਾ, ਇਹ ਨੀਡ ਸੀਗੀ ਉਸ ਵਰਗ ਦੀ, ਉਸ ਦੀ ਲੋੜ ਸੀਗੀ ਕਿ ਜੇ ਨੇਸ਼ਨ ਬਣਾਉਣੀ ਹੈ, ਨੇਸ਼ਨ ਸਟੇਟ ਬਣਾਉਣੀ ਹੈ, ਤਾਂ ਫਿਰ ਇਹਨਾਂ ਵਰਗਾਂ ਨੂੰ ਜਿਹੜੇ ਤੁਹਾਡੇ ਨਾਲ ਤੁਹਾਡੇ ਅਨੁਕੂਲ ਢਲਣ ਲਈ ਤਿਆਰ ਨਹੀਂ ਉਹਨਾਂ ਨੂੰ ਇਸ ਗੱਲ 'ਤੇ ਮਜਬੂਰ ਕਰੋ, ਡਰਾਓ ਜਾਂ ਉਹਨਾਂ ਨੂੰ ਖਤਮ ਕਰ ਦਿਓ। ਇਸ ਦੇ ਵਿੱਚ ਜਿੰਨੀਆਂ ਮੇਨ ਸਟ੍ਰੀਮ ਪਾਰਟੀਆਂ
ਉਹ ਸਾਰਿਆਂ ਦਾ ਇਸ ਏਜੰਡੇ ਬਾਰੇ ਕੋਈ ਰੌਲਾ ਨਹੀਂ। ਕਾਂਗਰਸ ਹੈ, BJP ਹੈ, ਰੀਜਨਲ ਪਾਰਟੀਆਂ, ਮੁਲਾਇਮ ਸਿੰਘ ਯਾਦਵ ਹੈ, ਮਤਲਬ ਉਹ ਇਹ ਬਿਲਕੁਲ ਇਹੀ ਕੁਛ ਕਰ ਸਕਦੇ ਨੇ, ਕਰ ਵੀ ਰਹੇ ਨੇ ਵੈਸੇ ਦੈਟ ਵੇ। UP ਦੇ ਵਿੱਚ ਤਾਂ ਹੋ ਹੀ ਰਿਹਾ, ਉਹ ਗੌਰਮੈਂਟ ਤਾਂ ਉੱਥੇ ਅੱਜ ਜੇ ਡਾਇਰੈਕਟਲੀ ਗੌਰਮੈਂਟ ਦੀ ਗੱਲ ਕਹੀਏ ਤਾਂ ਉਹ ਤਾਂ ਸਮਾਜਵਾਦੀ ਪਾਰਟੀ ਦੀ ਹੈ, ਪਰ ਜੋ ਕੁਛ ਹੋ ਰਿਹਾ ਉੱਥੇ ਉਹ ਸਭ ਦੇ ਸਾਹਮਣੇ ਹੈ। ਸੋ ਇਹ ਜਿਹੜੀ ਗੱਲ ਹੈ ਨਾ ਕਿ ਜਿਹੜਾ ਉਹਦਾ ਇੱਕ ਨੇਸ਼ਨ ਸਟੇਟ ਸਿਰਜਣ ਦਾ ਟੀਚਾ, ਉਹ ਮੰਗ ਕਰਦਾ ਬੜੀ ਦੀ, ਘੱਟ ਗਿਣਤੀਆਂ ਦੀ ਬੜੀ ਮੰਗਦਾ, ਅਤੇ ਜਾਂ ਤੁਸੀਂ ਉਹਦੇ ਅਨੁਕੂਲ ਢਲ ਜਾਓ, ਫਾਲਨ ਹੋ ਜਾਓ, ਉਸ ਲਾਈਨ ਦੇ ਵਿੱਚ ਆ ਜਾਓ, ਅਤੇ ਨਹੀਂ ਜਾਂ ਤੁਸੀਂ ਸਿਮੂਲੇਟ ਕਰ ਲਏ ਜਾਓਗੇ। ਜਿਹੜੇ ਸਿਮੂਲੇਟ ਹੋਣ ਲਈ ਤਿਆਰ ਨਹੀਂ ਹੋਣਗੇ ਉਹ ਐਲੀਮੀਨੇਟ ਕਰ ਦਿੱਤੇ ਜਾਣਗੇ। ਅਸੀਂ ਇਸ ਤਰ੍ਹਾਂ ਨਹੀਂ ਦੇਖਿਆ ਇਸ ਗੱਲ, ਅਸੀਂ ਕਦੇ ਕਾਂਗਰਸ ਅਤੇ BJP ਦੇ, ਕਦੇ ਹਿੰਦੂ ਦੇ, ਰਾਣਾ ਅਯੂਬ ਜੀ ਨੇ ਕਿਹਾ ਕਿ ਉਹਨਾਂ ਨੂੰ ਹਿੰਦੂ ਧਰਮ 'ਚ ਵੀ ਕੋਈ ਐਡੀ ਵੱਡੀ ਗੱਲ ਨਹੀਂ, ਉਹ ਤਾਂ ਉਹਨਾਂ ਨੇ ਇੱਕ ਟੂਲ ਹੈ ਵੀ ਜੇ ਨੇਸ਼ਨ ਬਣਾਉਣੀ ਹੈ ਤਾਂ ਉਹ ਜਿਹੜੇ ਸੈਂਟੀਮੈਂਟ ਉਹ ਹਿੰਦੂ ਵਰਤੋ, ਉਹਦੇ ਨਾਲ ਉਹਨਾਂ ਨੂੰ ਵੱਡੀ ਤਾਕਤ ਮਿਲੂਗੀ, ਅਤੇ ਇਹ ਖਤਰਾ ਦਿਖਾ ਦਿਓ ਵੀ ਉਹ ਨੇਸ਼ਨ ਦੇ ਰਾਹ 'ਚ। ਸੋ ਪੁਆਇੰਟ ਆਫ ਰੈਫਰੈਂਸ ਫਾਰ ਐਵਰੀ ਡਿਸਕਸ਼ਨ ਆਫ ਜਸਟਿਸ ਜਾਂ ਫੇਅਰਨੈਸ ਉਹ ਨੇਸ਼ਨ ਸਟੇਟ ਹੈ। ਬੈਂਕ ਜਦੋਂ NDTV ਦਾ ਚੈਨਲ ਬੰਦ ਕੀਤਾ ਇੱਕ ਦਿਨ ਵਾਸਤੇ, ਉਹਦੇ 'ਤੇ ਵੈਂਕਈਆ ਨਾਇਡੂ ਦਾ ਮਤਲਬ ਤੁਸੀਂ ਬਿਆਨ ਪੜ੍ਹੋ ਧਿਆਨ ਨਾਲ, ਉਹ ਕਹਿੰਦਾ ਠੀਕ ਹੈ ਪ੍ਰੈਸ ਦੀ ਆਜ਼ਾਦੀ, ਫਰੀਡਮ ਆਫ ਐਕਸਪ੍ਰੈਸ਼ਨ ਬਹੁਤ ਵੱਡੀ ਗੱਲ ਹੈ, ਬਹੁਤ ਇੰਪੋਰਟੈਂਟ ਹੈ, ਪਰ ਇਹਦੇ ਨਾਲ ਵੱਧ ਇੰਪੋਰਟੈਂਟ ਦੇਸ਼ ਦੀ ਏਕਤਾ। ਇਸ ਤਰ੍ਹਾਂ ਗੱਲ ਕਰਨ ਗਿਆ, ਲੈਂਗੁਏਜ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਵੱਡਾ ਅਪਰਾਧ ਕਰਨਾ ਹੈ ਉਹ ਦੇਸ਼ ਦੇ ਨਾਂ 'ਤੇ ਕਰ, ਇਹ ਨਹੀਂ ਕਿ ਉਹਨਾਂ ਨੂੰ ਦੇਸ਼ ਨਾਲ ਬਹੁਤ ਪਿਆਰ ਹੈ, ਉਹਨਾਂ ਦੀ ਅੰਬੀਸ਼ਨ ਜਿਹੜੀ ਹੈਗੀ ਆਪਦੀ ਉਹ ਤਾਂ ਪੂਰੀ ਹੁੰਦੀ ਹੈ, ਉਹ ਇਹਨੂੰ ਟੂਲ ਦੇ ਤੌਰ 'ਤੇ ਵਰਤੇ। ਸੋ ਆਹ ਹੁਣ ਰੀਸੈਂਟ ਪੀਰੀਅਡ ਦੇ ਵਿੱਚ ਜਿਹੜੀ ਗੱਲ ਨਵੀਂ ਵਾਪਰ ਰਹੀ ਹੈ, ਮਿਲਟਰਾਈਜੇਸ਼ਨ ਜਿਹੜੀ ਹੋ ਰਹੀ ਹੈ, ਮਿਲਟਰੀ ਦੀ ਜੋ ਜੈ ਜੈਕਾਰ ਹੋ ਰਹੀ ਹੈ ਹਰ ਜਗ੍ਹਾ ਦੇ ਉੱਤੇ, ਸਾਰਾ ਹੀ ਜੋ ਮੀਡੀਆ ਮੇਨ ਸਟਰੀਮ ਉਹ ਇਸ ਦੇ ਉੱਤੇ ਆ ਗਿਆ। ਹਰ ਰੋਜ਼ ਤੁਸੀਂ ਖਬਰ ਪੜ੍ਹੋ ਕਿ ਫਲਾਨਾ ਸ਼ਹੀਦ, ਉਹਦੀ ਲਾਸ਼ ਆਈ ਪਿੰਡ 'ਚ, ਸੰਸਕਾਰ ਹੋਇਆ, ਉਹ ਸਾਰਾ ਜਿਵੇਂ ਖਬਰਾਂ ਦਿੱਤੀਆਂ ਜਾਂਦੀਆਂ ਹਨ, ਉਹਦਾ ਜੀ ਜੇ ਥੋੜ੍ਹੇ ਮਹੀਨੇ ਨੂੰ ਵਿਆਹ ਹੋਣ ਵਾਲਾ ਸੀ, ਵੀ ਜਿਹੜੇ ਦੂਜੇ ਮਰ ਰਹੇ ਨੇ, ਸਟੇਟ ਦੇ ਹੱਥੋਂ ਮਰ ਰਹੇ ਨੇ, ਉਹਨਾਂ ਦੀਆਂ ਵੀ ਮਾਵਾਂ, ਉਹਨਾਂ ਦੀਆਂ ਵੀ ਭੈਣਾਂ, ਉਹਨਾਂ 'ਚੋਂ ਕਿੰਨਿਆਂ ਦੇ ਵਿਆਹ ਹੋਣ ਵਾਲੇ ਸੀ, ਉਹ ਸਾਰੇ ਕੁਛ ਨੂੰ ਲੁਕੋ ਕੇ ਇੱਕੋ ਗੱਲ ਨੂੰ, ਬਸ ਇੱਕੋ ਸੈਂਟੀਮੈਂਟ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਹੈ ਵਰਸ਼ਿਪ, ਮਤਲਬ ਲੋਕਾਂ ਦੇ ਮਨਾਂ 'ਚ ਇੱਕ ਆਰਮਡ ਫੋਰਸਿਸ ਬਾਰੇ, ਕਿਉਂਕਿ ਉਹਨਾਂ ਨੇ ਉਹਦੇ ਰਾਹੀਂ ਕਰਨਾ ਜੋ ਵੀ ਕ੍ਰਾਈਮ ਕਰਨਾ, ਵੀ ਉਹਦਾ ਜਿਹੜਾ ਕ੍ਰਿਟਿਸਿਜ਼ਮ ਹੈ ਉਹ ਸਹਿਣ ਨਹੀਂ ਹੋਊਗਾ, ਫੌਜ 'ਤੇ ਸਵਾਲ ਨਹੀਂ ਉੱਠਣਾ ਚਾਹੀਦਾ। ਸਿੱਖ ਇਹ ਗੱਲ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ, ਇਸੇ ਫੌਜ ਨੇ ਸਾਡਾ ਹਰਿਮੰਦਰ ਸਾਹਿਬ ਢਾਇਆ, ਇਸੇ ਫੌਜ ਨੇ, ਜਿਹੜਾ ਇਹ ਵੀ ਫੌਜ ਝੂਠ ਨਹੀਂ ਬੋਲ ਸਕਦੀ, ਕਿੰਨਾ ਝੂਠ ਬੋਲਿਆ ਇਸੇ ਫੌਜ ਨੇ। ਕੁਲਦੀਪ ਸਿੰਘ ਗੁਰਾਰ ਦੀ ਪ੍ਰੈਸ ਕਾਨਫਰੰਸ ਪੜ੍ਹੋ, ਸਾਰੇ ਜਨਰਲਾਂ ਦੀਆਂ ਪੜ੍ਹੋ, ਕਿੰਨਾ ਝੂਠ ਬੋਲਿਆ। ਸੋ ਇਹ ਜਿਹੜਾ ਫੌਜ ਬਾਰੇ ਬਣਾ ਦੇਣਾ ਕਿ ਉਹ ਬਹੁਤ ਪਵਿੱਤਰ ਚੀਜ਼ ਆ, ਉਹਦੇ 'ਤੇ ਤੁਸੀਂ ਕੋਈ ਉਂਗਲ ਨਹੀਂ ਉਠਾ ਸਕਦੇ। ਸੋ ਇਹ ਫੌਜ, ਪੁਲਿਸ, ਪੈਰਾਮਿਲਟਰੀ ਫੋਰਸਿਸ, ਇਹ ਸਾਰਾ ਇੱਕ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਡੈਮੋਕ੍ਰੇਸੀ ਦਾ ਇੱਕ ਲਿਬਾਸ ਹੋਊਗਾ, ਪਰ ਫਾਰ ਆਲ ਪ੍ਰੈਕਟੀਕਲ ਪਰਪਸ ਉਹ ਇੱਕ ਪੂਰੀ ਮਿਲਟਰੀ ਸਟੇਟ ਹੋਊਗੀ। ਅਤੇ ਜੇ ਨੌਬਤ ਆਈ, ਜਿਹੜੀ ਅਰੁੰਧਤੀ ਰਾਏ ਵਾਰ ਵਾਰ ਵਾਰਨ ਕਰ ਰਹੀ ਹੈ ਕਿ ਜੇ ਇਹੋ ਜਿਹੀ ਨੌਬਤ ਆ ਗਈ, ਉਹਨਾਂ ਨੂੰ ਇਹ ਲੱਗਿਆ ਕਿ ਹੁਣ ਵੋਟਾਂ ਰਾਹੀਂ ਅਸੀਂ ਆਪਦਾ ਉਹ ਪੂਰਾ ਨਹੀਂ ਕਰ ਸਕਦੇ, ਤਾਂ ਇਹ ਕੋਈ ਅਣਹੋਣੀ ਨਹੀਂ ਹੋਣੀ ਕਿ ਸਿੱਧਾ ਮਿਲਟਰੀ ਆਪਦੇ ਹੱਥ 'ਚ ਰਾਜ ਲੈ ਲਈ, ਕਿਉਂਕਿ ਜਿੰਨਾ ਟੌਪ ਰਾਸ ਹੈ ਮਿਲਟਰੀ ਦਾ ਉਹ ਸਾਰਾ ਹਿੰਦੂਆਈਜ ਹੋ ਚੁੱਕਿਆ, ਉਹ ਸਾਰਾ ਢਲ ਚੁੱਕਿਆ ਉਸ ਇੰਡੀਅਨ ਨੇਸ਼ਨ ਦੇ ਢਾਂਚੇ 'ਚ, ਭਾਵੇਂ ਉਹ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਉਹਨਾਂ ਦਿਮਾਗਾਂ 'ਚ ਉਹ ਗੱਲ ਵੜ ਗਈ ਹੈ। ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਇਕੱਲੇ ਹਿੰਦੂ ਨਹੀਂ ਸੀਗੇ ਫੌਜ ਦੇ ਵਿੱਚ, ਉਹਨਾਂ ਦੇ ਕਿੰਨੇ ਅਫਸਰ ਜਿਹੜੇ ਉਹ ਸਿੱਖ ਸੀਗੇ। ਜਦੋਂ ਤੁਸੀਂ, ਤੁਹਾਨੂੰ ਇਹ ਆ ਗਿਆ ਕਿ ਮੇਰੀ ਅੱਜ ਪ੍ਰਾਈਮਰੀ ਰਿਸਪੋਂਸੀਬਿਲਟੀ ਦੇਸ਼ ਨੂੰ ਬਚਾਉਣਾ ਹੈ, ਫਿਰ ਜਿਹੜੀ ਵੀ ਗੱਲ ਦੇਸ਼ ਵਾਸਤੇ ਉਹਨਾਂ ਨੇ ਕਹਿਤਾ ਵੀ ਆਹ ਇਸ ਚੀਜ਼ ਤੋਂ ਦੇਸ਼ ਨੂੰ ਖਤਰਾ, ਉਹਨੂੰ ਬੜੀਆ ਵੇਟ ਕਰ ਦੇਣਗੇ। ਜੇ ਸਿੱਖ ਜਰਨੈਲ ਆਪਦੇ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਸਕਦੇ, ਫਿਰ ਉਹ ਹੋਰ ਕੀ ਨਹੀਂ ਕਰ ਸਕਦੇ। ਸੋ ਇਹ ਜਿਹੜੀ ਸਿਚੁਏਸ਼ਨ ਹੈ ਬਣੀ ਹੋਈ, ਇਹਦੇ ਵਿੱਚੋਂ ਸਾਨੂੰ ਇਹ ਸਿੱਖਣਾ ਚਾਹੀਦਾ, ਉਹਨਾਂ ਦਾ ਏਜੰਡਾ ਸਮਝੋ। ਜਦੋਂ ਉਹ ਏਜੰਡਾ ਸਮਝ ਆ ਗਿਆ, ਨਾਲ ਉਹਨਾਂ ਦੇ ਮੈਥਡ ਸਮਝੋ, ਮੈਥਡ ਕੀ ਉਹ ਇੰਪਲੋਏ ਕਰ ਰਹੇ ਨੇ, ਕਿਹੋ ਜਿਹੇ ਟੂਲਸ ਵਰਤ ਰਹੇ ਨੇ, ਕਿਹੋ ਜਿਹੀ ਪੋਲੀਟਿਕਸ ਖੇਡ ਰਹੇ ਨੇ,
ਅਸੀਂ ਫਿਰ ਹੀ ਆਪਦੇ ਆਪ ਨੂੰ ਬਚਾ ਸਕਾਂਗੇ। ਅਗਲੀ ਗੱਲ ਸਿੱਖ ਵਾਸਤੇ, ਜਿੰਨਾ ਚਿਰ ਅਸੀਂ ਸਿੱਖੀ ਦੀ ਆਤਮਾ ਨੂੰ ਨਹੀਂ ਗ੍ਰਹਿਣ ਕਰਾਂਗੇ ਅਤੇ ਸਿੱਖੀ ਬਾਰੇ ਸਾਡਾ ਜਿਹੜਾ ਨਜ਼ਰੀਆ ਉਹ ਆਪਦੇ ਡਿਸਟੋਰਟਡ ਅਤੇ ਉਲਾਰ ਹੋਊ ਕਿ ਜਾਂਬਾਜ ਹੋਣਾ ਲੜਨਾ ਹੀ ਸਿੱਖੀ ਹੈ, ਕਿਵੇਂ ਉਹ ਕਿਰਦਾਰ ਨਾ ਹੋਵੇ ਫਿਰ ਬੁਰਸ਼ਾਗਰਦੀ ਅਤੇ ਸਿੱਖੀ 'ਚ ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ। ਸਿੱਖੀ ਦਾ ਬੁਰਸ਼ਾਗਰਦੀ ਨਾਲ ਫਰਕ ਇਹ ਹੈ ਕਿ ਰੂਹਾਨੀ ਤੌਰ 'ਤੇ ਜਾਗਰਤ ਹੋਇਆ ਬੰਦਾ ਜਦੋਂ ਤੇਗ ਚੁੱਕਦਾ ਤਾਂ ਉਹਦੇ 'ਚੋਂ ਦਇਆ ਦਾ ਅੰਸ਼ ਨਹੀਂ ਕਦੇ ਵੀ ਖਤਮ ਹੁੰਦਾ, ਅਤੇ ਜਦੋਂ ਸਿੱਖ 'ਚੋਂ ਦਇਆ ਖਤਮ ਹੋ ਗਈ, ਤਰਸ ਖਤਮ ਹੋ ਗਿਆ, ਫਿਰ ਉਹ ਸਿੱਖ ਨਹੀਂ ਰਹਿੰਦਾ। ਸਰੂਪ ਭਾਵੇਂ ਹੋ ਗਈ, ਉਹ ਗੁਰੂਆਂ ਨੂੰ ਵੀ ਨਖੇੜ ਨਖੇੜ ਕੇ ਦੇਖੀ ਜਾਊ। ਮੈਂ ਤਾਂ ਮੈਨੂੰ ਕਈ ਬੰਦੇ ਮਤਲਬ ਬੇਸ਼ਰਮੀ ਦੀ ਲੈਵਲ 'ਤੇ ਕਹਿਣ ਦਿੰਦੇ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜੀ। ਮੈਂ ਕਿਹਾ ਸਵਾਹ ਸਿੱਖੋ ਵੀ, ਜਿਵੇਂ ਪਹਿਲੇ ਪਾਤਸ਼ਾਹ ਕੁਛ ਹੋਰ ਕਰ ਰਹੇ ਸੀ ਅਤੇ ਦਸਵੇਂ ਪਾਤਸ਼ਾਹ ਨੇ ਕੁਛ ਹੋਰ ਕਰਤਾ। ਸੋ ਇਹ ਜਿਹੜਾ ਅੱਜ ਜਿਹੜਾ ਮੈਂ ਗੱਲ ਕਰ ਰਿਹਾ ਸੀਗਾ, ਇੱਕ ਤਾਂ ਸਾਡੇ ਵਾਸਤੇ ਇਹ ਹੈ ਕਿ ਦੁਸ਼ਮਣ ਨੂੰ ਪਛਾਣੋ, ਪਰ ਇਹਦੇ ਨਾਲ ਸਾਈਮਲਟੇਨੀਅਸਲੀ ਜੇ ਅਸੀਂ ਆਪਦੇ ਆਪ ਨੂੰ ਨਹੀਂ ਪਛਾਣਾਂਗੇ, ਆਪਦੇ ਅੰਦਰਲੇ ਕੋਹਜ ਨੂੰ ਨਹੀਂ ਦੇਖਾਂਗੇ, ਸਾਨੂੰ ਕੀ ਖੁਰ ਗਿਆ ਸਾਡੇ ਅੰਦਰੋਂ, ਕੀ ਗੜਬੜ ਹੋ ਗਈ, ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਹੋਵਾਂਗੇ, ਸਾਨੂੰ ਗੁਰੂ ਤੋਂ ਪ੍ਰੇਰਨਾ ਨਹੀਂ ਮਿਲੂ। ਅਨਫਾਰਚੂਨੇਟਲੀ ਅੱਜ ਜੋ ਹੋ ਰਿਹਾ, ਖਾਸ ਕਰਕੇ ਉਹਦਾ ਜਿਹੜਾ ਸਭ ਤੋਂ ਕਰਿਊਡ ਐਕਸਪ੍ਰੈਸ਼ਨ ਹੈ ਉਹ ਪੋਲੀਟਿਕਸ ਦੇ ਖੇਤਰ 'ਚ ਆ ਰਿਹਾ। ਕਰਿਊਡ ਵੈਸੇ ਉਹ ਵਿਦਵਤਾ ਦੇ ਖੇਤਰ 'ਚ ਵੀ ਆ ਰਿਹਾ, ਉਹ ਕਲਚਰ ਦੇ ਵੀ ਆ ਰਿਹਾ, ਆ ਗੰਦੇ ਗਾਣੇ। ਸੋ ਇਹ ਜਿਹੜੇ ਗੰਦੇ ਗੀਤ ਗਾਉਣ ਵਾਲੇ ਅਤੇ ਗੰਦੀ ਸਿਆਸਤ ਕਰਨ ਵਾਲੇ, ਇਹਨਾਂ 'ਚ ਕੋਈ ਬਹੁਤਾ ਫਰਕ ਨਹੀਂ, ਭਾਵੇਂ ਉਹ ਕਿਸੇ ਵੀ, ਭਾਵੇਂ ਉਹ ਰਾਜ ਕਰਨ ਵਾਸਤੇ ਹੋਣ, ਭਾਵੇਂ ਰਾਜ ਖੋਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਆਪਾਂ ਇਸ ਚੀਜ਼ 'ਚੋਂ ਨਿਕਲੀਏ ਹੁਣ। ਆਹ ਦੇਖੋ, ਮਤਲਬ ਪਿਛਲੇ 30 ਸਾਲਾਂ ਦਾ ਜਿਹੜਾ ਸਾਰਾ ਐਕਸਪੀਰੀਅੰਸ ਹੈ ਉਹਦੇ 'ਚ ਵਾਪਰੀ ਇੱਕ ਇੱਕ ਗੱਲ ਨੂੰ ਦੇਖੋ, ਆਪਦੇ ਵੱਲ ਵੀ ਦੇਖੋ, ਆਪਣਿਆਂ ਵੱਲ ਵੀ ਦੇਖੋ, ਕਿ ਜਿਹੜੇ ਬੰਦੇ 30 ਸਾਲਾਂ ਤੋਂ ਸਾਡੀ ਇਸ ਗੱਲ ਦੇ ਨਾਂ 'ਤੇ ਪੋਲੀਟਿਕਸ ਕਰਦੇ ਆ ਰਹੇ, ਕਦੇ ਕੋਈ ਇਕੱਠ ਹੁੰਦਾ, ਕੋਈ ਸ਼ਹੀਦੀ ਸਮਾਗਮ ਰੱਖ ਲਿਆ, ਕੋਈ ਸਰਬੱਤ ਖਾਲਸੇ ਦੀ ਗੱਲ ਕਰ ਲਈ, ਕਦੇ ਕੁਛ ਕਰ ਲਿਆ, ਉਹ ਹੈ ਕਿ ਬਖਤੀ ਉਤੇਜਨਾ ਕਰੋ ਬਸ। ਝੂਠ ਹੈ ਨਵਾਂ, ਉਹਨੂੰ ਕੋਈ ਬਹੁਤਾ ਪਤਾ ਨਹੀਂ, ਉਹਨੂੰ ਬਖਤੀ ਕੋਈ ਉਤੇਜਨਾ ਵਾਲੀ ਗੱਲ ਜੀ ਕਰੋ ਅਤੇ ਉਹਨੂੰ ਇਕੱਠੇ ਕਰ ਲਓ, ਉਹਦਾ ਕਥਾਰ ਸੱਜਾ ਹੋ ਜਾਊਗਾ ਅਤੇ ਉਸ ਗੱਲ ਨੂੰ ਕਿਤੇ ਨਾ ਕਿਤੇ ਜੇ ਆਪਦੇ ਮਤਲਬ ਵੋਟਾਂ 'ਚ ਪਲਟਿਆ ਜਾ ਸਕੇ, ਅਲਟੀਮੇਟ ਇਹ ਗੱਲ। ਸੋ ਬਹੁਤ ਵੱਡੀ ਰਿਸਪੋਂਸੀਬਿਲਟੀ ਜਿਹੜੀ ਰਾਣਾ ਅਯੂਬ ਜੀ ਬੋਲ ਕੇ ਗਏ ਸਾਡੇ ਵਾਸਤੇ ਕਿ ਅਸੀਂ ਆਪਦੀਆਂ ਮਰ ਚੁੱਕੀਆਂ ਜ਼ਮੀਰਾਂ ਨੂੰ ਮੁੜ ਕੇ ਜਗਾਉਣਾ, ਪਰ ਜਗਾਉਣਾ ਕਿਵੇਂ ਹੈ, ਉਹ ਸਾਡੇ ਗੁਰੂਆਂ ਤੋਂ ਸਿੱਖ ਕੇ, ਇਹਦਾ ਹੋਰ ਕੋਈ ਢੰਗ ਨਹੀਂ। ਅਸੀਂ ਬਿਲਕੁਲ ਹੀ ਵੱਖਰੀ ਕਿਸਮ ਦੇ ਸਿੱਖ ਸਾਹਮਣੇ ਆਵਾਂਗੇ। ਅੱਜ ਸਿੱਖਾਂ ਬਾਰੇ ਜੋ ਇਮੇਜ ਬਣ ਚੁੱਕਿਆ, ਜੋ ਜਿੰਨਾ ਇਮੇਜ ਸਿੱਖ ਦਾ ਅੱਜ ਖਰਾਬ ਕੀਤਾ ਹੈ ਅਸੀਂ ਹਰ ਤਰ੍ਹਾਂ ਨਾਲ, ਰਾਜ ਕਰਕੇ ਵੀ ਅਤੇ ਰਾਜ ਲੈਣ ਦੀ ਅਟੈਂਪਟਾਂ ਤੋਂ ਜਿਹਾ ਜਿਹਾ ਉਹ 'ਚ ਜੋ ਕੁਛ ਹੋ ਰਿਹਾ ਉਹਦੇ 'ਚੋਂ ਵੀ ਸਾਨੂੰ ਉਹ ਆਪਦਾ ਜਿਹੜਾ ਹੈਗਾ ਇਮੇਜ ਉਹ ਸੁਧਾਰਨ ਦੀ ਲੋੜ ਹੈ। ਸੋ 350 ਸਾਲਾ ਦਸਮ ਪਾਤਸ਼ਾਹ ਦਾ ਆ ਰਿਹਾ, ਉਹ 'ਚ ਤੁਸੀਂ ਹੁਣ ਜਦੋਂ ਇਸ ਲਾਈਟ 'ਚ ਦੇਖੋਗੇ ਉਹ ਕਿਵੇਂ ਮਨਾਇਆ ਜਾ ਰਿਹਾ, ਕਿਉਂਕਿ ਜਦੋਂ ਅੰਦਰੋਂ ਬੰਦਾ ਖਾਲੀ ਹੋ ਜਾਂਦਾ ਉਹ ਫਿਰ ਐਗਜੀਬਿਸ਼ਨਿਜ਼ਮ ਦਾ ਸਹਾਰਾ ਲੈਂਦਾ। ਅੱਜ ਇੰਨੇ ਨਗਰ ਕੀਰਤਨ, ਇੰਨੇ ਗੱਤਕੇ, ਇੰਨੇ ਲੰਗਰ, ਇੰਨਾ ਜੇ ਕੁਛ ਸਾਰਾ ਕਿਉਂ ਹੋ ਰਿਹਾ? ਆਪਦੇ ਅੰਦਰਲੀ ਗਰੀਬੀ ਨੂੰ ਛੁਪਾਉਣ ਵਾਸਤੇ ਹੋ ਰਿਹਾ। ਬੜਾ ਤਸੱਲੀ ਹੋ ਜਾਂਦੀ ਹੈ। ਆ ਪੰਜਾਬ ਦੇ ਲੈਫਟਿਸਟ ਹੈ, ਕਾਮਰੇਡ ਹੈ, ਇਹ ਸਾਲ 'ਚ ਇੱਕ ਵਾਰ ਉੱਥੇ ਨਵੰਬਰ ਦੇ ਵਿੱਚ ਗਾਦਰੀਆਂ ਦਾ, ਗਾਦਰੀ ਦੇਸ਼ ਭਗਤਾਂ ਦਾ ਮੇਲਾ ਲਾਉਂਦੇ ਨੇ ਉੱਥੇ, ਫਿਰ ਜਿੰਨਾ ਕੁ 8-10 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਸਾਲ ਭਰ, ਬਸ ਫਿਰ ਹਾਂ ਆਪਾਂ ਬਹੁਤ ਹਾਂ। ਇਹ ਜਿਹੜਾ ਹੈਗਾ ਨਾ, ਮਤਲਬ ਵੀ ਹਾਂ ਆਪਾਂ ਬਹੁਤ ਹਾਂ, ਇਸ ਤਰ੍ਹਾਂ ਦੀਆਂ ਝੂਠੀਆਂ ਤਸੱਲੀਆਂ ਲੈ ਕੇ ਜਿਉਣਾ, ਇਹ ਦੰਭ ਸਾਨੂੰ ਬੰਦ ਕਰ ਦੇਣਾ ਚਾਹੀਦਾ। ਨਗਰ ਕੀਰਤਨ ਘੱਟ ਕਰ ਲਓ, ਲੰਗਰ ਘੱਟ ਲਾ ਲਓ, ਗੱਤਕੇ ਘੱਟ ਖੇਡ ਲਓ, ਪਰ ਸਿੱਖੀ ਨੂੰ ਗ੍ਰਹਿਣ ਹੋ ਗਈ। ਸੋ ਜਿਹੜੀ ਅੱਜ ਪਰਮਜੀਤ ਸਿੰਘ ਗੱਲ ਬੋਲ ਕੇ ਗਏ ਨੇ ਕਿ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ ਨਵੰਬਰ 84 ਤੋਂ ਬਾਅਦ ਆਈ, ਇਹਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਕੁਛ 'ਚੋਂ ਉਹ ਠੀਕ ਸਬਕ ਕੱਢਦੇ ਨੇ ਕਿ ਨਹੀਂ ਕੱਢਦੇ। ਸੋ ਪਛਾਣੋ ਇਸ ਗੱਲ ਨੂੰ। ਸੋ ਉਸ ਕਰੈਕਟਰ ਨੂੰ, ਮਤਲਬ ਉਹ ਜੈਨੋਸਾਈਡਲ ਇੰਪਲਸ ਜਿਹੜੀ ਵਾਰ ਵਾਰ ਪ੍ਰਗਟ ਹੁੰਦੀ ਹੈ, ਉਹਦਾ ਰੂਟ, ਉਹਦਾ ਕਿੱਥੇ ਪਿਆ ਆਧਾਰ, ਉਹ ਕਿਵੇਂ ਪ੍ਰਗਟ ਹੁੰਦੀ ਹੈ ਅਤੇ ਆਉਣ ਵਾਲਾ ਸਮਾਂ ਕਿਹੋ ਜਿਹਾ ਬਣ ਰਿਹਾ, ਬਹੁਤ ਡਰਾਉਣਾ ਬਣ ਰਿਹਾ,
ਉਹਦੇ ਵਾਸਤੇ ਸਾਨੂੰ ਤਿਆਰ ਕਰਨਾ ਪਊ, ਤਿਆਰ ਰਹਿਣਾ ਪਊ। ਅਸੀਂ ਕਈ ਵਾਰ ਬੜੇ ਸ਼ੇਖੀਆਂ ਮਾਰਦੇ ਹਾਂ ਕਿ ਇਤਿਹਾਸ 'ਚ ਹਮੇਸ਼ਾ ਹੀ ਸਿੱਖਾਂ ਨੇ ਰਾਹ ਦਿਖਾਇਆ। ਕਦੇ ਐਮਰਜੈਂਸੀ ਦੀ ਉਦਾਹਰਣ ਦਿੰਦੇ ਹਾਂ, ਕਦੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਉਦਾਹਰਣ ਦਿੰਦੇ ਹਾਂ। ਅਤੇ ਜੇ ਇਹ ਗੱਲ ਹੈ ਤਾਂ ਅੱਜ ਵੀ ਸਾਡੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜੋ ਕੁਛ ਸਮਾਨ ਬਣ ਰਿਹਾ, ਜਿਸ ਕਿਸਮ ਦਾ ਇੱਕ ਫਾਸਿਸਟ ਮਾਹੌਲ ਉੱਭਰ ਰਿਹਾ ਪੂਰਾ ਸੂਰਾ, ਉਹਦੇ 'ਚ ਉਸ ਕਿਸਮ ਦੇ ਨਾਅਰੇ ਦਿੱਤੇ ਜਾ ਰਹੇ ਨੇ, ਉਸ ਕਿਸਮ ਦੀਆਂ ਜਥੇਬੰਦੀਆਂ ਉਸਰ ਰਹੀਆਂ। ਕਿਉਂਕਿ ਫਾਸਿਜ਼ਮ ਦਾ ਇੱਕ ਬਹੁਤ ਜ਼ਰੂਰੀ ਸਟੋਰਮ ਟਰੂਪਰ ਜ਼ਰੂਰ ਚਾਹੀਦੇ ਨੇ। ਹਿਟਲਰ ਨੇ ਵੀ ਇਸ ਤਰ੍ਹਾਂ ਕੀਤਾ ਸੀਗਾ। ਇੱਕ ਇਸ ਕਿਸਮ ਦੀ ਫੋਰਸ ਹੁੰਦੀ ਹੈ ਜਿਹੜੀ ਜਾ ਕੇ ਉਹ ਸਾਰਾ ਕੁਛ ਕਰਦੀ ਹੈ। ਸੋ ਅੱਜ ਬਜਰੰਗ ਦਲ, RSS, VHP, ਗੌਰ ਰਕਸ਼ਕ, ਇਹ ਸਾਰੇ ਸਟੋਰਮ ਟਰੂਪਰ ਇਹ ਕਰਨਗੇ ਕੰਮ ਜਾ ਕੇ। ਓਵਰਆਲ ਜਦੋਂ ਕੋਈ ਬਹੁਤਾ ਕੰਮ ਨਹੀਂ ਹੋ ਤਾਂ ਫਿਰ ਮਿਲਟਰੀ ਸੰਭਾਲ ਲਊ। ਇਹ ਕੋਈ ਐਵੇਂ ਡਰਾਉਣੀ ਤਸਵੀਰ ਨਹੀਂ ਮੈਂ ਪੇਸ਼ ਕਰ ਰਿਹਾ, ਇਹ ਬਿਲਕੁਲ ਰੀਅਲ ਹੈ। ਰਾਣਾ ਅਯੂਬ ਦੀ ਕਿਤਾਬ ਫਿਰ ਧਿਆਨ ਨਾਲ ਪੜ੍ਹ ਲਓ, ਉਹਨਾਂ ਵੱਲੋਂ ਅੱਜ ਬੋਲੇ ਗਏ ਕਿ ਇੱਕ ਲਫ਼ਜ਼ ਨੂੰ ਫਿਰ ਦੁਬਾਰਾ ਉਹ 'ਤੇ ਸੋਚੋ ਅਤੇ ਆਪਣੇ ਆਪ ਨੂੰ ਉਹਦੇ ਵਾਸਤੇ ਤਿਆਰ ਕਰੋ। ਸੋ ਇੰਨੀਆਂ ਕੁ ਵਿਚਾਰਾਂ ਗੱਲ, ਮੈਂ ਤੁਹਾਤੋਂ ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।